ਯਾ ਚਿੰਨਮੋਦੀ ਤੱਤਾ ਵੇ ਤੱਕ ਵੀ ਅਕੀਂ ਫਰਤਾਇ ਕਲੱਬ ਚ ਕਦੋਂ ਹੈਲੋ ਆਦਾਬ ਨਮਸਕਾਰ ਸਤਿ ਸ਼੍ਰੀ ਅਕਾਲ ਗੁੱਡ ਈਵਨਿੰਗ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬ ਅਡਾ 247 ਦੇ YouTube ਪਲੇਟਫਾਰਮ ਤੇ ਉਮੀਦ ਕਰਦਾ ਆ ਆਸ਼ਾ ਕਰਦਾ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਘੈਂਟ ਹੋਗੇ ਮਸਤ ਹੋਗੇ ਤੇ ਸ਼ਾਮ ਦੇ 5 ਵੱਜ ਚੁੱਕਿਆ ਜੀ 5 ਵਜੇ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਮੈਂ ਮਨੋਜ ਰਾਜਪੂਤ ਤੁਹਾਡਾ ਸਵਾਗਤ ਕਰਦਾ ਹਾਂ ਆਪਣੀ ਖਾਸ ਤੇ ਬਿਹਤਰੀਨ ਕਲਾਸ ਦੇ ਵਿੱਚ ਜਿਹਦਾ ਨਾਮ ਹੈ ਜੀਕੇ ਜੀਐਫਟੀ ਸਵਾਗਤ ਪਿਆਰੇ ਦੋਸਤੋ ਜਿਵੇਂ ਆਪਾਂ ਕੱਲ ਵਾਦਾ ਕਰਕੇ ਗਏ ਸੀ ਵੀ ਸ਼ਾਮ ਨੂੰ 5 ਵਜੇ ਸਹੀ 5 ਵਜੇ ਨਾ ਉੱਪਰ ਤੇ ਨਾ ਥੱਲੇ ਭਾਈ ਨਾ 1 ਮਿੰਟ ਪਹਿਲਾਂ ਤੇ ਨਾ 1 ਮਿੰਟ ਬਾਅਦ ਆਪਾਂ ਕਲਾਸ ਜਿਹੜੀ ਸ਼ੁਰੂ ਕਰ ਦੇਣੀ ਹੈ ਤੇ ਉਸੇ गल् तरजीह देते हुए तेजी कला मैं शुरुआत कर दीती है रमन अटवाल गुरदीप एंटी कोर्स जगू कौर डबडनम योगी भावना अमन मनप्रीत गुरमीत हरकीरत बलजिंदर पूजा मौर्या जोबन सनप्रीत अमित योगेश बलजीत सुखजिंदर लखी हॉकी है ਰਮਨ ਤਕਦੀਰ ਸਿਮਰਨ ਕਿਰਨ ਸਭ ਦਾ ਸਵਾਗਤ ਹੈ ਜੀ ਸਭ ਨੂੰ ਗੁੱਡ ਈਵਨਿੰਗ ਪਿਆਰੇ ਦੋਸਤੋ ਸਭ ਨੂੰ ਸਤਿ ਸ਼੍ਰੀ ਅਕਾਲ ਗੁਰਵੀਰ ਕੰਡਿਆਰਾ ਰਾਜਵੀਰ ਅਮੇਤ ਅਗਰਦੀਪ ਕਿਰਨ ਸਭ ਦਾ ਸਵਾਗਤ ਨਵਜੋਤ ਕੌਰ ਸਭ ਨੂੰ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਸ਼ੁਰੂਆਤ ਕਰਨ ਜਾ ਰਹੇ ਆ ਜੀ ਦੀ ਖਾਸ ਤੇ ਤਮਾਕੇਦਾਰ ਤੇ ਜਾਨਦਾਰ ਤੇ ਸ਼ਾਨਦਾਰ ਕਲਾਸ ਦੀ ਜਿੰਨੇ ਵੀ ਜਣੇ ਮੇਰੇ ਨਾਲ ਜੁੜ ਚੁੱਕੇ ਨੇ ਸਭ ਨੂੰ ਗੁੱਡ ਈਵਨਿੰਗ ਆ ਪਿਆਰੇ ਦੋਸਤੋ ਸਭ ਨੂੰ ਸਤਿ ਸ਼੍ਰੀ ਅਕਾਲ ਆ ਜੀ ਜੇ ਮੇਰੇ ਨਾਲ ਕੋਈ ਪਹਿਲੀ ਵਾਰੀ ਜੁੜ ਰਿਹਾ ਤਾਂ ਪੰਜਾਬ ਅਡਾ 247 ਦੇ ਚੈਨਲ ਨੂੰ ਇਕਵਰੀ ਸਬਸਕ੍ਰਾਈਬ ਕਰ ਦੇ ਨਾਲ ਬੈਲ ਆਈਕਨ ਘੰਟੀ ਵਾਲਾ ਬਟਨ ਦਬਦਿਓ ਤਾਂ ਕਿ ਹਰੇਕ ਕਲਾਸ ਦੀ ਜਾਣਕਾਰੀ ਤੁਹਾਡੇ ਕੋਲ ਜਿਹੜੀ ਹੈ ਉਸ ਸਮੇਂ ਸਿਰ ਦੋਸਤੋ ਆਉਂਦੀ ਰਹੇ ਇੱਕ ਵਾਰੀ ਸ਼ੁਰੂਆਤ ਦੇ ਵਿੱਚ ਕਰਦੇ ਹਾਂ ਜੀ ਕੱਲ ਦੀ ਕਲਾਸ ਦੀ ਬੱਚੋ ਰਿਵੀਜ਼ਨ ਜੋ ਆਪਾਂ ਕੱਲ ਪੜਿਆ ਸੀ ਉਹਦੀ ਰਿਵੀਜ਼ਨ ਦੀ ਗੱਲਬਾਤ ਕਰਦੇ ਹਾਂ ਵੀ ਕਿਹੜੇ ਕਿਹੜੇ ਕੁਐਸਚਨ ਮੈਂ ਤੁਹਾਨੂੰ ਕੱਲ ਕਰਵਾਏ ਸੀ ਉਹ ਤੁਹਾਡੇ ਯਾਦ ਨੇ ਜਾਂ ਨਹੀਂ ਰਿਵੀਜ਼ਨ ਕਰਦੇ ਹਾਂ ਪਿਆਰੇ ਬੱਚੋ ਕੁਝ ਕੁ ਕੁਐਸਚਨਾਂ ਦੇ ਨਾਲ ਕੁਐਸਚਨ ਸੀ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ਦੇਖਣਾ ਹੈ ਜੋਰ ਕਿਤਨਾ ਬਾਜੂ ਹੈ ਕਾਤਿਲ ਮੇਂ ਹੈ ਇਹਦਾ ਉੱਤਰ ਆਇਆ ਸੀ ਜੀ ਰਾਮ ਪ੍ਰਸਾਦ ਬਿਸਮਿਲ ਨੇ ਇਹਦੀ ਕ ਸਾਈਡ ਤੇ ਹੋਊਗਾ 2 ਮਿੰਟ ਤੁਹਾਡੇ ਨੇ ਤੁਸੀਂ ਜਿੰਨੇ ਵੀ ਮੈਂ ਕੁਐਸਚਨ ਕਹੂੰਗਾ ਰਿਵੀਜ਼ਨ ਦੇ ਤੌਰ ਤੇ ਉਹ ਸਾਰੇ ਜਵਾਬ ਤੁਸੀਂ ਦੇਣੇ ਨੇ ਅਗਲਾ ਕੁਐਸਚਨ ਪੜ੍ਹੋ ਤੇ ਜਵਾਬ ਦਿਓ ਪਹਿਲੇ ਭਾਰਤੀ ਕਮਾਂਡਰ ਰੰਜੀਤ ਕੌਣ ਨੇ ਜਵਾਬ ਮੈਨੂੰ ਤੁਸੀਂ ਦਿਓਗੇ ਪਿਆਰੇ ਦੋਸਤੋ ਨਹੀਂ ਆ ਰਿਹਾ ਤਾਂ ਵੇਖ ਲਓ ਜੀ ਕੇਐਮ ਕਰੀਆਪਾ ਜੀ ਨੇ ਪਿਆਰੇ ਦੋਸਤੋ ਅਗਲਾ ਕੁਐਸਚਨ ਹੌਰਨੇਬਲ ਤਿਹਾਰ ਕਿੱਥੇ ਮਨਾਇਆ ਜਾਂਦਾ ਜੀ ਹੌਰਨੇਬਲ ਤਿਹਾਰ ਮਨਾਇਆ ਜਾਂਦਾ ਪਿਆਰੇ ਦੋਸਤੋ ਸਾਡੇ ਕੋਲ ਨਾਗਾ لینڈ ਦੇ ਵਿੱਚ ਤੇ ਆਪਾਂ ਗੱਲ ਕੀਤੀ ਸੀ ਵੀ ਨਾਗਾ لینڈ ਦੀ ਅਫੀਸ਼ੀਅਲ ਲੈਂਗੁਏਜ ਕਿਹੜੀ ਹੈ ਜੀ ਅੰਗਰੇਜ਼ੀ ਹੈ ਪਿਆਰੇ ਦੋਸਤੋ ਇਹ ਕੱਲ ਦੀ ਕਲਾਸ ਦੀ ਰਿਵੀਜ਼ਨ ਚੱਲ ਰਹੀ ਹੈ ਪਹਿਲੀ ਲੋਕ ਸਭਾ ਦੀ ਪਹਿਲੀ ਮੀਟਿੰਗ ਕਦੋਂ ਹੁੰਦੀ ਆ ਜੀ ਪਹਿਲੀ ਮੀਟਿੰਗ ਹੁੰਦੀ ਆ ਸਰ ਮਈ ਮਹੀਨੇ ਦੀ 1952 ਦੇ ਵਿੱਚ ਤੇ ਮਈ ਦੀਆਂ ਕਿੰਨੀਆਂ ਆਪਸ਼ਨਾਂ ਨੇ ਇੱਕੋ ਹੀ ਪਰਾ ਰਾਜ ਦੀ ਸਥਾਪਨਾ ਕਿਹੜੇ ਸਾਲ ਦੇ ਵਿੱਚ ਹੋਈ ਪਿਆਰੇ ਦੋਸਤੋ ਇਹ ਵੀ ਕੱਲ ਦੀ ਖਲਾ ਦਾ ਕੁਸ਼ਣ ਹੈ ਜੀ 1972 ਦੇ ਵਿੱਚ ਪਰਾ ਰਾਜ ਦੀ ਸਥਾਪਨਾ ਹੁੰਦੀ ਹੈ ਉਦੋਂ ਬਾਬਾ ਫਰੀਦ ਜੀ ਦਾ ਜਨਮ ਕਦੋਂ ਆ ਬਾਬਾ ਫਰੀਦ ਜੀ ਦਾ ਜਨਮ ਤੁਹਾਡੇ ਯਾਦ ਹੋਣਾ ਮੈਂ ਕਿਹਾ ਸੀ ਮੁਹੰਮਦ ਗੋਰੀ ਜਿਹੜੇ ਸਾਲ ਗੱਦੀ ਦੇ ਉੱਤੇ ਬੈਠਿਆ ਉਹ ਸਾਲ ਬਾਬਾ ਫਰੀਦ ਦਾ ਜਨਮ ਹੋਇਆ 1173 ਈਸਵੀ ਦੇ ਵਿੱਚ ਮੁਹੰਮਦ ਗੋਰੀ ਤੇ ਬਾਬਾ ਫਰੀਦ ਬਰਾਬਰ ਬਰਾਬਰ ਚੱਲਣਗੇ ਅਗਲਾ ਕੁਸ਼ਣ ਦੇਖਦੇ ਹਾਂ ਭਾਰਤ ਵਿੱਚ ਟੈਰੀ ਡੈਮ ਕਿਸ ਨਦੀ ਦੇ ਉੱਤੇ ਬਣਾਇਆ ਗਿਆ ਜੀ ਉਹ ਨਦੀ ਦਾ ਨਾਮ ਹੈ ਬੱਚੋ ਭਗੀਰਤੀ ਨਦੀ ਦੇ ਉੱਤੇ ਲਓ ਜੀ ਭੋਲੇ ਕਾਟੇ ਦਾ ਗਲਤ ਹੈ ਸੂਰਜ ਦਾ ਅੰਦਾਜ਼ਨ ਵਿਆਸ ਧਰਤੀ ਦੇ ਵਿਆਸ ਦਾ ਕਿੰਨੇ ਗੁਣਾ ਹੈ ਇਹ ਧਰਤੀ ਦੇ ਵਿਆਸ ਦਾ ਬੱਚੋ 109 ਗੁਣਾ ਹੈ ਜੀ ਕਿੰਨੇ ਗੁਣਾ ਹੈ 109 ਗੁਣਾ ਹੈ ਪਿਆਰੇ ਦੋਸਤੋ ਇਹਨਾਂ ਵਿੱਚੋਂ ਕਿਹੜਾ ਆਗੂ ਕਾਂਗਰਸ ਦੇ ਗਰਮ ਦਲ ਵਿੰਗ ਦੇ ਨਾਲ ਬੱਚੋ ਸਬੰਧਿਤ ਸੀ ਗਰਮ ਦਲ ਦੇ ਨਾਲ ਸਬੰਧਿਤ ਕੌਣ ਸੀ ਉਸ ਸੀ ਅਰਵਿੰਦੋ ਘੋਸ਼ ਤੇ ਇਹ ਬੱਚੋ ਕੀ ਸੀ ਰਿਵੀਜ਼ਨ ਸੀ ਅੱਜ ਦੀ ਆਪਣੀ ਕੱਲ ਦੀ ਕਲਾਸ ਦੀ ਪਿਆਰੇ ਦੋਸਤੋ ਰਿਵੀਜ਼ਨ ਜਿਹੜੀ ਆਪਣੀ ਅੱਜ ਦੀ ਡਨ ਹੋ ਚੁੱਕੀ ਹੈ ਜੋ ਕੱਲ ਦੀ ਕਲਾਸ ਚ ਪੜਿਆ ਸੀ ਉਹਦੇ ਵਿੱਚੋਂ ਕੁਝ ਕੁ ਚੁਣਿੰਦਾ ਗਿਨੇ ਹੋਏ ਚੁਣੇ ਹੋਏ ਕੁਐਸਚਨ ਜਿਹੜੇ ਮੈਂ ਲੈ ਕੇ ਆਇਆ ਸੀ ਇੰਪੋਰਟੈਂ ਹੁਣ ਕਲਾਸ ਨੂੰ ਲਾਈਕ ਕਰ ਦਿਓ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪਹਿਲੇ 5 ਮਿੰਟ ਜਿਹੜੇ ਹੋਣਗੇ ਉਹ ਰਿਵੀਜ਼ਨ ਦੇ ਹੋਣਗੇ ਰਿਵੀਜ਼ਨ ਆਪਣੀ ਕੰਪਲੀਟ ਹੋ ਚੁੱਕੀ ਹੈ ਤੇ ਹੁਣ ਆਪਾਂ ਵਧਣ ਜਾ ਰਹੇ ਹਾਂ ਅੱਗੇ ਜਾਨੀ ਕਿ ਅੱਜ ਦੇ ਨਵੇਂ-ਨਵੇਂ ਘੈਂਟ-ਘੈਂਟ ਬਿਹਤਰੀਨ ਜਾਨਦਾਰ ਤੇ ਸ਼ਾਨਦਾਰ ਕੁਐਸਚਨਾਂ ਦੇ ਵੱਲ ਪਹਿਲਾ ਸਵਾਲ ਅੱਜ ਦੀ ਕਲਾਸ ਦਾ ਪਿਆਰੇ ਦੋਸਤੋ ਤੁਹਾਡੇ ਸਾਰਿਆਂ ਦੇ ਸਾਹਮਣੇ ਆਉਣ ਜਾ ਰਿਹਾ ਆ ਝੱਕੋ ਜੀ ਇਹ ਨਵੇਂ-ਨੇ ਚੇਨ ਤੇ ਗੋ ਪਿਆਰੇ ਦੋਸਤੋ ਵੰਦੇ ਮਾਤਰਮ ਲੋਕਾਂ ਦਾ ਹਰਮਨ ਪਿਆਰਾ ਗੀਤ ਬਣ ਗਿਆ ਕਦੋਂ ਵੰਦੇ ਮਾਤਰਮ ਜਿਹੜਾ ਹੈ ਉਹ ਲੋਕਾਂ ਦਾ ਹਰਮਨ ਪਿਆਰਾ ਗੀਤ ਬਣ ਗਿਆ ਬੰਕਿਮ ਚੰਦਰ ਚਾਟਰਜੀ ਦੇ ਦੁਆਰਾ ਲਿਖਿਆ ਹੋਇਆ ਹਰਮਨ ਪਿਆਰਾ ਗੀਤ ਜਿਹੜਾ 1896 ਚ ਪਹਿਲੀ ਵਾਰ ਗਾਇਆ ਗਿਆ ਸੀ ਉਹ ਕਹਿੰਦੇ ਲੋਕਾਂ ਦਾ ਹਰਮਨ ਪਿਆਰਾ ਬਣ ਗਿਆ ਕਦੋਂ ਖিলাਫਤ ਮੂਵਮੈਂਟ ਦੇ ਵਿੱਚ ਕੁਇਟ ਇੰਡੀਆ ਮੂਵਮੈਂਟ ਦੇ ਵਿੱਚ ਨੋਨ ਕੋਆਪਰੇਸ਼ਨ ਮੂਵਮੈਂਟ ਦੇ ਵਿੱਚ ਜਾਂ ਫਿਰ ਸਵਦੇਸ਼ੀ ਮੂਵਮੈਂਟ ਦੇ ਵਿੱਚ ਪਿਆਰੇ ਦੋਸਤੋ ਦਿਓ ਜੀ ਇਹ ਸਵਾਲ ਦਾ ਜਵਾਬ ਪਹਿਲਾਂ ਲਾਈਕ ਵਾਲਾ ਬਟਨ ਦਬਦੋ ਜਿਨੇ ਨਹੀਂ ਦਬਿਆ ਲਾਈਕ ਵਾਲਾ ਬਟਨ ਦਬਕਿਆ ਅੱਜ ਦੀ ਕਲਾਸ ਦੇ ਪਹਿਲੇ ਕੁਐਸਚਨ ਦਾ ਆਨਸਰ ਦੇ ਸ਼ੁਰੂ ਕਰ ਦੋ ਜੀ ਪਹਿਲੇ ਕੁਐਸਚਨ ਦਾ ਆਨਸਰ ਕੀ ਹੋਏਗਾ ਪਿਆਰੇ ਬੱਚੋ ਇਹਦਾ ਉੱਤਰ ਆਏਗਾ ਜੀ ਸਵਦੇਸ਼ੀ ਮੂਵਮੈਂਟ ਜੋ ਕਿ 1905 ਦੇ ਵਿੱਚ ਸ਼ੁਰੂ ਹੁੰਦੀ ਆ ਬੱਚੋ ਉਹਦੇ ਵਿੱਚ ਕਹਿੰਦੇ ਹਰਮਨ ਪਿਆਰਾ ਹੋ ਗਿਆ ਵੰਦੇ ਮਾਤਰਮ ਜੋ ਕਿ ਸਾਡੇ ਦੇਸ਼ ਦਾ ਰਾਸ਼ਟਰੀ ਗੀਤ ਹੈ ਜਿਹਨੂੰ ਅਸੀਂ ਨੈਸ਼ਨਲ ਸੌਂਗ ਕਹਿੰਨੇ ਆ ਪਿਆਰੇ ਦੋਸਤੋ ਕੀ ਬੋਲਦੇ ਆ ਨੈਸ਼ਨਲ ਸੌਂਗ ਬੋਲਦੇ ਆ ਪਿਆਰੇ ਦੋਸਤੋ 1896 ਦੇ ਵਿੱਚ ਇਹ ਪਹਿਲੀ ਵਾਰੀ ਗਾਇਆ ਗਿਆ ਸੀ ਵੰਦੇ ਮਾਤਰਮ ਸੌਂਗ ਜਿਹੜਾ ਅਨੰਦ ਮਠ ਨਾਵਲ ਦੇ ਵਿੱਚੋਂ ਪਿਆਰੇ ਦੋਸਤੋ ਲਿਆ ਗਿਆ ਲਓ ਜੀ ਅਗਲਾ ਕੁਐਸਚਨ ਵੇਖਦੇ ਆ ਕਹਿੰਦੇ ਮੋਨਦਾਸ ਕਰਮਚੰਦ ਗਾਂਧੀ ਜੀ ਨੂੰ ਮਹਾਤਮਾ ਕਿਸ ਦੇ ਦੁਆਰਾ ਬੁਲਾਇਆ ਗਿਆ ਮੋਹਨਦਾਸ ਕਰਮਚੰਦ ਗਾਂਧੀ ਜੀ ਨੂੰ ਮਹਾਤਮਾ ਕਿਸ ਨੇ ਬੋਲ ਕੇ ਸੰਬੋਧਿਤ ਕੀਤਾ ਪਿਆਰੇ ਦੋਸਤੋ ਮਹਾਤਮਾ ਕਿਸ ਦੇ ਦੁਆਰਾ ਬੁਲਾਇਆ ਗਿਆ ਇਸ ਸਵਾਲ ਦਾ ਜਵਾਬ ਮੈਨੂੰ ਤੁਸੀਂ ਸਾਰੇ ਜਲਦੀ ਨਾਲ ਸਪੀਡ ਨਾਲ ਦਿਓਗੇ ਜੀ ਕਰਵਾ ਅਨਸਰ ਕਰਵਾ ਅਨਸਰ ਪਿਆਰੇ ਦੋਸਤੋ ਕਰੋ ਆਨਸਰ ਪਿਆਰੇ ਬੱਚੋ ਇਹਦਾ ਉੱਤਰ ਕੀ ਆਏਗਾ ਜੀ ਮੋਹਨਦਾਸ ਕਰਮਚੰਦ ਗਾਂਧੀ ਨੂੰ ਰਵਿੰਦਰਨਾਥ ਜੀ ਟੈਗੋਰ ਨੇ ਬੋਲਿਆ ਸੀ ਪਿਆਰੇ ਦੋਸਤੋ ਮਹਾਤਮਾ ਮਹਾਤਮਾ ਦਾ ਟਾਈਟਲ ਰਵਿੰਦਰਨਾਥ ਟੈਗੋਰ ਨੇ ਕਦੋਂ ਦਿੱਤਾ ਜਦੋਂ 1917 ਦੇ ਵਿੱਚ 1917 ਦੇ ਵਿੱਚ ਚੰਪਾਰਨ ਦਾ ਸत्याग्रह ਹੋਇਆ ਨਾ ਚੰਪਾਰਨ ਦੇ ਸत्याग्रह ਤੋਂ ਬਾਅਦ ਜੰਪਾਰਨ ਦੇ ਸਤਿਆਗ੍ਰਹਿ ਤੋਂ ਬਾਅਦ ਮਹਾਤਮਾ ਗਾਂਧੀ ਨੂੰ ਮਹਾਤਮਾ ਦਾ ਟਾਈਟਲ ਕਿਸ ਨੇ ਦਿੱਤਾ ਰਵਿੰਦਰਨਾਥ ਟੈਗੋਰ ਜੀ ਨੇ ਦਿੱਤਾ ਮਹਾਤਮਾ ਗਾਂਧੀ ਨੂੰ ਕੱਲਾ ਮਹਾਤਮਾ ਨਹੀਂ ਮਹਾਤਮਾ ਗਾਂਧੀ ਨੂੰ ਬੱਚੋ ਕੇਸਰੀ ਹਿੰਦ ਦਾ ਟਾਈਟਲ ਵੀ ਮਿਲਿਆ ਸੀ ਕੇਸਰ ਇਹ ਹਿੰਦ ਕੇਸਰੀ ਹਿੰਦ ਦਾ ਟਾਈਟਲ ਮਹਾਤਮਾ ਗਾਂਧੀ ਜੀ ਨੇ ਵਾਪਸ ਕਰ ਦਿੱਤਾ ਉਹ ਕਦੋਂ ਵਾਪਸ ਕੀਤਾ ਪਿਆਰੇ ਦੋਸਤੋ ਜਿਹੜੇ ਸਮੇਂ ਦੇ ਵਿੱਚ ਜਲਿਆਂ ਵਾਲੇ ਬਾਗ ਦਾ ਹੱਤਿਆਕਾਂਡ ਹੋਇਆ ਜਲਿਆਂ ਵਾਲੇ ਬਾਗ ਦੇ ਹੱਤਿਆਕਾਂਡ ਤੋਂ ਬਾਅਦ ਮਹਾਤਮਾ ਗਾਂਧੇ ਨੇ ਕੀ ਕੀਤਾ ਕੇਸਰ ਹਿੰਦ ਦਾ ਟਾਈਟਲ ਜਿਹੜਾ ਉਹ ਵਾਪਸ ਕਰ ਦਿੱਤਾ ਪਿਆਰੇ ਦੋਸਤੋ ਸਾਰੇ ਪੀਐਸਟਟ ਲਈ ਵੀ ਹੈ ਪਰ ਅਭਜੋਤ ਕੋਰ ਪੀਐਸਟਟ ਲਈ ਲਾ ਸਕਦੇ ਹਾਂ ਪਰ ਇੱਕ ਪੀਐਸਟਟ ਵਾਸਤੇ ਸਪੈਸ਼ਲ ਕਲਾਸ ਹੈ ਜੀ ਸਪੈਸ਼ਲ ਕਲਾਸ ਆ ਬੱਚੇ ਅੱਜ ਮੇਰੀ ਇੰਟਰੋਡਕਸ਼ਨ ਕਲਾਸ ਹੋਊਗੀ ਸ਼ਾਮ ਨੂੰ 6:30 ਵਜੇ ਉਹਦੇ ਵਿੱਚ ਜੁੜ ਜਿਓ ਪੀਐਸਟੈਟ ਦੇ ਵਾਸਤੇ ਸਪੈਸ਼ਲ ਕਲਾਸ ਆ ਪਿਆਰੇ ਬੱਚਾਓ ਉਹਦੇ ਵਿੱਚ ਜ਼ਰੂਰ ਜੁੜ ਜਿਓ ਰਾਜਾ RAM ਮੋਹਨ ਰਾਏ ਨੂੰ ਰਾਜਾ ਮੋਹਨ ਰਾਏ ਕਾਦੇ ਸੰਸਥਾਪਕ ਸਨ ਪਿਆਰੇ ਦੋਸਤੋ ਦੋ ਵਾਰੀ ਲਿਖਿਆ ਪਿਆ ਕਰ ਲੋ ਕਿ ਉਹਨੂੰ ਭੰਡਾ ਰਾਜਾ RAM ਮੋਹਨ ਰਾਏ ਰਾਜਾ RAM ਮੋਹਨ ਰਾਏ ਕਾਦੇ ਸੰਸਥਾਪਕ ਸਨ ਰਾਜਾ RAM ਮੋਹਨ ਰਾਏ ਕਾਦੇ ਸੰਸਥਾਪਕ ਸਨ ਪ੍ਰਾਰਥਨਾ ਸਮਾਜ ਦੇ ਬ੍ਰਹਮਾ ਸਮਾਜ ਦੇ RAMA KRISHNA ਮਿਸ਼ਨ ਦੇ ਜਾਂ ਆਰਿਆ ਸਮਾਜ ਦੇ ਪਿਆਰੇ ਦੋਸਤੋ ਤਾਂ ਰਾਜਾ ਮੋਹਨ ਰਾਜਾ ਰਾਮ ਮੋਹਨ ਰਾਏ ਨੂੰ ਕਾਦਾ ਸੰਸਥਾਪਕ ਮੰਨਿਆ ਜਾਂਦਾ ਪਿਆਰੇ ਦੋਸਤੋ ਬ੍ਰਹਮਾ ਸਮਾਜ ਦਾ ਜਦ ਬ੍ਰਹਮੋ ਸਮਾਜ ਲਿਖਿਆ ਹੁੰਦਾ ਕਈ ਵਾਰੀ ਇਹਦੀ ਸੰਸਥਾਪਕ ਮੰਨਿਆ ਜਾਂਦਾ ਰਾਜਾ ਰਾਮ মোহন ਰਾਏ ਨੂੰ ਤੇ ਰਾਜਾ ਰਾਮ মোহন ਰਾਏ ਨੂੰ ਰਾਜਾ ਦਾ ਟਾਈਟਲ ਰਾਜਾ ਦਾ ਟਾਈਟਲ ਕਹੇ ਦੁਆਰਾ ਦਿੱਤਾ ਗਿਆ ਜੀ ਅਕਬਰ 2 ਦੇ ਦੁਆਰਾ ਪਿਆਰੇ ਦੋਸਤੋ ਅਕਬਰ 2 ਦੇ ਦੁਆਰਾ ਟਾਈਟਲ ਰਾਜਾ ਰਾਮ মোহন ਰਾਏ ਨੂੰ ਰਾਜਾ ਦਾ ਦਿੱਤਾ ਗਿਆ ਇਹ ਗੱਲ ਯਾਦ ਰੱਖਿਓ ਤੇ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ ਸੀ ਰਾਜਾ ਰਾਮ মোহন ਰਾਏ ਜੀ ਨੇ ਬਹੁਤ ਵਧੀਆ ਜੀ ਤੇ ਰਾਜਾ ਰਾਮ মোহন ਰਾਏ ਨੇ 1828 ਦੇ ਵਿੱਚ 1827 ਦੇ ਵਿੱਚ 1824 ਦੇ ਵਿੱਚ بڑا ਮਤਲਬ ਕਾਲਣਾ ਕਾਲੀ ਸਤੀ ਪ੍ਰਥਾ ਦੇ ਵਿਰੁੱਧ ਤੇ 1829 ਦੇ ਵਿੱਚ ਇਹਨਾਂ ਦੀ ਇਸ ਯਤਰਾ ਦੇ ਸਦਕਾ ਭਾਈ ਆਪਣੇ ਭਾਰਤ ਦੇ ਵਿੱਚ ਸਤੀ ਪ੍ਰਥਾ ਨੂੰ ਬੈਨ ਕਰ ਦਿੱਤਾ ਗਿਆ ਤੇ ਰਾਜਾ ਰਾਮ ਹੁਨਰਾਏ ਨੂੰ ਫਾਦਰ ਆਫ ਮਾਡਰਨ ਇੰਡੀਆ ਵੀ ਬੋਲਿਆ ਜਾਂਦਾ ਜੀ ਫਾਦਰ ਆਫ ਮਾਡਰਨ ਇੰਡੀਆ ਹੈ ਪੁਨਰ ਜਾਗਰਣ ਦਾ ਪਿਤਾਮਾ ਵੀ ਬੋਲਿਆ ਜਾਂਦਾ ਰਾਜਾ ਰਾਮ ਹੁਨ ਰਾਏ ਨੂੰ ਪਿਆਰੇ ਦੋਸਤੋ ਅਗਲਾ ਕੁਐਸਚਨ ਦੇਖੋ ਜੀ ਭਾਰਤੀ ਸੰਵਿਧਾਨ ਵਿੱਚ ਰਾਸ਼ਟਰਪਤੀ ਦੀ ਚੋਣ ਦੀ ਵਿਧੀ ਕਿਸ ਦੇਸ਼ ਤੋਂ ਲਈ ਗਈ ਹੈ ਜੀ ਮੈਂ ਕਹਿੰਦਾ ਜੀ ਜਮਾ ਬੀ ਸੀ ਐਸ ਸਵਾਲ ਆ ਪਿਆਰੇ ਦੋਸਤੋ ਬੀ ਸੀ ਐਸ ਸਵਾਲ ਬੀ ਸੀ ਐਸ ਬੋਲੇ ਤੋਂ ਬੀ ਬਿਲਕੁਲ ਸੀ ਚੂਰਨ ਐਸ ਸਵਾਲ ਬਿਲਕੁਲ ਚੂਰਨ ਸਵਾਲ ਆ ਪਿਆਰੇ ਦੋਸਤੋ ਕਿਹੜਾ ਸਵਾਲ ਆ ਜੀ ਬਿਲਕੁਲ ਚੂਰਨ ਸਵਾਲ ਭਾਰਤੀ ਸੰਵਿਧਾਨ ਵਿੱਚ ਰਾਸ਼ਟਰਪਤੀ ਦੀ ਚੋਣ ਦੀ ਜਿਹੜੀ ਪ੍ਰਕਿਰਿਆ ਹੈ ਜਿਹੜੀ ਮੈਥਡ ਹੈ ਜਿਹੜੀ ਵਿਧੀ ਹੈ ਪਿਆਰੇ ਦੋਸਤੋ ਕਿਹੜੇ ਦੇਸ਼ ਤੋਂ ਲੈ ਕੇ ਆਏ ਆ ਸਰ ਬ੍ਰਿਟੇਨ ਆਏਗਾ ਜੀ ਯੂ ਐਸ ਏ ਆਏਗਾ ਆਇਰਲੈਂਡ ਆਏਗਾ ਜਾਂ ਆਸਟ੍ਰੇਲੀਆ ਆਏਗਾ ਹਨਾ ਦੇਸ਼ਾਂ ਦੇ ਨਾਮ ਜਿ ਦੇਖ ਕੇ ਨਾਲ ਦੇ ਨਾਲ ਅਮਰਿੰਦਰ ਗਿੱਲ ਦੀ ਫੋਟੋ ਦਿਮਾਗ 'ਚ ਆ ਗਈ ਹੋਣੀ ਕਹਿੰਦੇ ਇੱਕ ਮੁਲਕ ਸੁਣੀਦਾ ਪਾਣੀਆਂ ਦੇ ਓਲੇ ਆ ਕਹਿੰਦੇ ਇੱਕ ਮੁਲਕ ਸੁਣੀਦਾ ਇਹ ਨਹੀਂ ਆਏਗਾ ਬ੍ਰਿਟੇਨ ਕਿਹੜੇ ਕਿਹੜੇ ਯੋ ਸਰ ਯੂਐਸਏ ਕਿਹੜੇ ਕਿਹੜੇ ਕਹਿ ਰਹੇ ਆ ਯੂਐਸਏ ਦੇ ਨਾਲ ਕੌਣ ਕੌਣ ਸਹਿਮਤ ਆ ਯੂਐਸਏ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਜੀ ਬਹੁਤ ਵਧੀਆ ਸ਼ਾਬਾਸ਼ ਜਿਨ੍ਹਾਂ ਦਾ ਉੱਤਰ ਬੀ ਆ ਰਿਹਾ ਨਾ ਤੇ ਮੈਂ ਉਹਨਾਂ ਨੂੰ ਭਾਈ ਵਧਾਈ ਦੇਣਾ ਚਾਹੁੰਨਾ ਸਰ ਵਧਾਈ ਕਿਉਂ ਦੇਣਾ ਚਾਹੁੰਨੇ ਹੋ ਕਿਉਂਕਿ ਉਹਨਾਂ ਦਾ ਦਿਮਾਗੀ ਸੰਤੁਲਨ ਜਿਹੜਾ ਉਹ ਖਰਾਬ ਹੋ ਚੁੱਕਿਆ ਪਿਆਰੇ ਦੋਸਤੋ ਉਹਨਾਂ ਸਭ ਦਾ ਡੋਲੂ ਜਿਹੜਾ ਉਹ ਮਾਂਝਾ ਜਾ ਚੁੱਕਿਆ ਜੀ ਜਿਨ੍ਹਾਂ ਦਾ ਉੱਤਰ ਯੂਐਸਏ ਆਇਆ ਉਹਨਾਂ ਸਭ ਦਾ ਪਿਆਰੇ ਬੱਚੋ ਡੋਲੂ ਮਾਂਝਾ ਜਾ ਚੁੱਕਿਆ ਸਰ ਹਾਓ ਇਜ਼ ਇਟ ਪੋਸੀਬਲ माय डियर फ्रेंड्स यूएसए तो राष्ट्रपति का कंसैप्ट लिया यूएसए तो राष्ट्रपति द इम्पीचमेंट लई है यूएसए तो राष्ट्रपति द रिमूवल लई है पर राष्ट्रपति का इलैक्शन जड़ा है वो आयरलैंड तो लैके आए हैं मैथड ऑफ इलैक्शन अडोप्ट फ्रॉम इरिश कॉन्स्टिट्यूशन प्यारे दोस्तों एक बार कान फड़ के बोल दो सर जी सॉरी गलती होगी सानू नहीं पता सी आयरलैंड आएगा जी मैथड कि लैके आए हैं प्यारे दोस्तों असं आयरलैंड तो के संविधान तो लैके आए हैं मैथड ऑफ इलैक्न बिल्कुल सही ਤੁਹਾਡਾ ਕੀ ਆਏਗਾ ਬੱਚੋ ਸੀ ਆਏਗਾ ਜੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਤੇ ਅਗਲਾ ਕੁਐਸਚਨ ਡੋਲੂ ਸਾਫ ਹੋ ਚੁੱਕਿਆ ਜਿਨ੍ਹਾਂ ਦਾ ਗਲਤ ਆਇਆ ਸੀ ਹੇਠਾਂ ਲਿਖੇ ਵਿੱਚੋਂ ਕਿਸ ਲਈ ਅਹਮਦਾਬਾਦ ਸਤਿਆਗ੍ਰਹਿ ਸ਼ੁਰੂ ਕੀਤਾ ਗਿਆ ਸੀ અમદાવાદ સત્યાગ્રહ શરૂ ਕੀਤਾ ਗਿਆ ਸੀ प्यारे दोस्तों ਇਹਨਾਂ ਦੇ ਵਿੱਚੋਂ ਕਿਸ ਦੇ ਲਈ ਇਹਨਾਂ ਦੇ ਵਿੱਚੋਂ प्यारे दोस्तों ਕਿਸ ਦੇ ਲਈ અમદાવાદ ਮਿਲ સત્યાગ્રહ ਜਿਹੜਾ ਬੱਚੋ ਸ਼ੁਰੂ ਕੀਤਾ ਗਿਆ ਸੀ ਫਾਰਮਰਸ ਦੇ ਲਈ कॉटन मिल ਵਰਕਰਸ ਦੇ ਲਈ ਜੁਵੈਲਰੀ ਆ ਆਰਟੀਸ਼యన్స్ ਦੇ ਲਈ ਜਾਂ प्रेस फ्रीडम ਦੇ ਲਈ ਕਾਦੇ ਲਈ ਸ਼ੁਰੂ ਕੀਤਾ ਗਿਆ ਸੀ प्यारे दोस्तों અમદાવાદ ਦਾ ਜਿਹੜਾ સત્યાગ્રહ ਸੀ ਜੋ ਜਵਾਬ اے بی ਸੀ অর ਡੀ ਹੈ ए बी सी डी ਕਿੱਥੇ ਗਈ ਸੀ ਕੜਾ ਖਣ ਗਈ ਸੀ ਕੜਾ ਖੰਦਾ ਰੱਜ ਕੇ ਤੇ ਉਸ ਤੋਂ ਬਾਅਦ ਭਾਈ ਉੱਤਰ ਦਿੱਤਾ ਭੱਜ ਗਏ ਹੈ कॉटन मिल ਵਰਕਰਸ ਦੇ ਲਈ 1918 ਦੇ ਵਿੱਚ ਮਹਾਤਮਾ ગાંધી ਨੇ ਜਿਹੜਾ ਇਹ ਭਾਈ ਸਤਿਆਗ੍ਰਹਿ ਕੀਤਾ ਸੀ ਇਹਦੇ ਵਿੱਚ ਹੋਇਆ ਕੀ ਸੀ ਜਿਹੜੇ ਭਾਈ ਮਿਲ ਦੇ ਵਰਕਰ ਸੀ ਨਾ ਮਿਲ ਦੇ ਵਰਕਰ ਮੰਗਦੇ ਸੀ ਬੋਨਸ ਮਿਲ ਦੇ ਵਰਕਰ ਕੀ ਮੰਗਦੇ ਸੀ ਸਾਡੀ ਤਨਖਾਹ ਵਧਾ ਦਿਓ ਜੀ ਸਾਡੀ ਵੇਜਸ ਦੇ ਵਿੱਚ ਵਾਧਾ ਕਰ ਦਿਓ ਸਾਡੀ ਭਾਈ ਦਿਹਾੜੀ ਦੇ ਵਿੱਚ ਵਾਧਾ ਕਰ ਦਿਓ ਤੇ ਅੰਗਰੇਜ਼ ਕਹਿੰਦੇ ਨਹੀਂ ਹੋਣਾ ਤੇ ਬੋਨਸ ਮੰਗਦੇ ਸੀ ਪਿਆਰੇ ਬੱਚੋ ਤੇ ਨਾਲੇ ਤਨਖਾਹ ਦੇ ਵਿੱਚ ਕਹਿੰਦੇ 50% ਸਾਨੂੰ ਹਾਈਕ ਚਾਹੀਦੀ ਹੈ ਜੀ ਕੀ ਚਾਹੀਦੀ ਹੈ ਜੀ ਹਾਈਕ ਇਨ ਵੇਜਸ 50% ਸਾਨੂੰ ਵੇਜਸ ਦੇ ਵਿੱਚ ਹਾਈਕ ਚਾਹੀਦੀ ਹੈ ਤੇ ਗੋਰੇ ਕਹਿੰਦੇ ਨਾ ਜੀ 20% ਦੇਵਾਂਗੇ ਅੰਗਰੇਜ਼ ਕਹਿੰਦੇ 20% ਮਾਲਕ ਕਹਿੰਦੇ ਮਿਲ ਦੇ 20% ਤੇ ਭਾਈ ਆਪਣੇ ਮਜ਼ਦੂਰ ਕਹਿੰਦੇ 50% ਤਾਂ ਗਾਂਧੀ ਜੀ ਨੇ ਵਿੱਚ ਵਿਚਾਲੇ ਜੇ ਕੰਮ ਰਵੇੜਤਾ ਕਹਿੰਦੇ 35% ਤੇ ਡਨ ਕਰੋ ਨਾ ਥੋੜੀ ਤੇ ਨਾ ਥੋੜੀ ਭਾਈ ਇਹ कॉटन मिल ਵਰਕਰਸ ਦਾ ਜਿਹੜਾ અમદાવાદ ਮਿਲ ਸੱਤ ਅਗਰਸੀ ਇਹ ਵੀ ਕੀ ਰਿਹਾ ਜੀ ਇਹ ਵੀ ਬੱਚੋ ਫਲੂਟ ਫੁੱਲ ਰਿਹਾ ਬਹੁਤ ਵਧੀਆ ਜੀ ਸ਼ਾਬਾਸ਼ ਅਗਲਾ ਕੁਐਸਚਨ ਜ਼ਰਾ ਵੇਖੋ ਜੀ ਹੂੰ 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 ਬੁਲੰਦ ਦਰਵਾਜਾ ਕਿੱਥੇ ਸਥਿਤ ਹੈ ਪਿਆਰੇ ਦੋਸਤੋ ਬੁਲੰਦ ਦਰਵਾਜਾ ਕਿੱਥੇ ਸਥਿਤ ਹੈ ਜੀ ਦਿਓ ਜਰਾ ਜਵਾਬ ਬੁਲੰਦ ਦਰਵਾਜਾ ਕਿੱਥੇ ਸਥਿਤ ਹੈ ਪਿਆਰੇ ਦੋਸਤੋ ਬੁਲੰਦ ਦਰਵਾਜਾ ਜਿਹੜਾ ਸਥਿਤ ਹੈ ਜੀ ਫਤਿਹਪੁਰ ਸਿਕਰੀ ਦੇ ਵਿੱਚ ਪਿਆਰੇ ਦੋਸਤੋ ਫਤਿਹਪੁਰ ਸਿਕਰੀ ਆਗਰੇ ਦੇ ਲਾਗੇ ਕਰਕੇ ਯੂਪੀ ਦੇ ਵਿੱਚੋਂ ਅ ਅਕਬਰ ਦੇ ਦੁਆਰਾ ਬਸਾਇਆ ਗਿਆ ਸ਼ਹਿਰ ਸੀ ਅਕਬਰ ਦੇ ਦੁਆਰਾ ਬਸਾਇਆ ਗਿਆ ਸ਼ਹਿਰ ਸੀ ਜਦੋਂ ਅਕਬਰ 1572 73 ਦੇ ਵਿੱਚ 1572 73 ਦੇ ਵਿੱਚ ਗੁਜਰਾਤ ਦੀ ਜਿੱਤ ਪ੍ਰਾਪਤ ਕਰਕੇ ਆਉਂਦਾ ਤਾਂ ਗੁਜਰਾਤ ਦੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇਹ ਭਾਈ ਫਤਿਹਪੁਰ ਸਿਕਰੀ ਦੇ ਵਿੱਚ ਕੀ ਬਣਾਉਂਦਾ ਜੀ ਬੁਲੰਦ ਦਰਵਾਜਾ ਗੁਜਰਾਤ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਕੀ ਬਣਾਇਆ ਜਾਂਦਾ ਪਿਆਰੇ ਬੱਚੋ ਬੁਲੰਦ ਦਰਵਾਜਾ ਬਣਵਾਇਆ ਜਾਂਦਾ ਹੈ ਗੱਲ ਯਾਦ ਰੱਖਿਓ ਪੇਪਰ 'ਚ ਸਵਾਲ ਆਊਗਾ ਤੇ ਇਸੇ ਫਤਿਹਪੁ ਸਿਕਰੀ ਦੇ ਵਿੱਚ ਅਕਬਰ ਦੇ ਦੁਆਰਾ ਕੀ ਬਣਵਾਇਆ ਗਿਆ ਸੀ ਇਬਾਦਤਖਾਨਾ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ ਕਿਸੇ ਦੀ ਅੱਜ ਬਣਦੀ ਏ ਤੇ ਕਿਸੇ ਦੀ ਕੱਲ ਬਣਦੀ ਏ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ ਕਿਸੇ ਦੀ ਅੱਜ ਤੇ ਕਿਸੇ ਦੀ ਫਿਰ ਕੱਲ ਬਣਦੀ ਏ ਇਬਾਦਤਖਾਨਾ ਵੀ ਖੋਲਿਆ ਸੀ ਪਿਆਰੇ ਦੋਸਤੋ ਤੇ ਇਸੀ ਇਬਾਦਤਖਾਨੇ ਜੋ ਬੰਦ ਕਰਨ ਦੀ ਵਾਰੀ ਆਈ ਤੇ ਸੁਲਾਏ ਕੁਲ ਇਹ ਨੀਤੀ ਦੇ ਤਹਿਤ ਕਹਿੰਦੀ ਇਬਾਦਤਖਾਨੇ ਨੂੰ ਵੀ ਬੰਦ ਕੀਤਾ ਗਿਆ ਇਹ ਸਭ ਕੁਝ ਕਿੱਥੇ ਫਤਿਹਪੁਰ ਸਿਕਰੀ ਦੇ ਵਿੱਚ ਪਿਆਰੇ ਦੋਸਤੋ ਪਹਿਲਾਂ ਲਾਈਕ ਵਾਲਾ ਬਟਨ ਜਿਹਨੇ ਨਹੀਂ ਦੱਬਿਆ ਕਰ ਦਿਓ ਲਾਈਕ ਤੇ ਲਾਈਵ ਬਰਾਬਰ ਲਾਈਕ ਤੇ ਲਾਈਵ ਭਾਈ ਬਰਾਬਰ ਕਰ ਦਿਓ RAM ਖੇਲੀਆ ਕਿਸ ਰਾਜ ਦਾ ਲੋਕ ਨਾਚ ਹੈ ਜੀ RAM ਖੇਲੀਆ ਕਿਸ ਰਾਜ ਦਾ ਲੋਕ ਨਾਚ ਹੈ RAM ਖੇਲੀਆ ਡਾਂਸ ਹੈ ਜੀ ਸਰ ਜੀ ਈਅਰ ਦੇ ਨਾਲ ਕਿਵੇਂ ਨੋਟ ਬਣਨੇ ਨੇ ਨੋਟਸ ਬਣਨੇ ਨੇ ਪਲੀਜ਼ ਦੱਸ ਦਿਓ ਹਿਸਟਰੀ ਆਪਲ ਰੀਤਾ ਰਾਜ ਪੇਡ ਬੈਚ ਤਾਂ ਮੈਂ ਚਲੋ ਦੱਸ ਦਿਨਾ ਉਹਨਾਂ ਪਰ YouTube ਤੇ ਮੈਂ ਕੋਈ ਨਹੀਂ ਸੈਸ਼ਨ ਲੈ ਲੂੰਗਾ ਇੱਕ ਹਾਊ ਟੂ ਮੇਕ ਨੋਟਸ ਮ ਹਰ ਸੇਕ ਦੇ ਕਈ ਨਾਲ ਕੇ ਦੇ ਪੁੱਛੇ ਨਾਲ ਹੀ ਨੋਟਸ ਬਣਦੇ ਹੁੰਦੇ ਨੋਟਸ ਤੁਸੀਂ ਆਪ ਦੇ ਤਰੀਕੇ ਨਾਲ ਬਣਾਉਂਦੇ ਤੁਹਾਨੂੰ ਆਪਦੀ ਲਿਖਾਈ ਤੁਹਾਨੂੰ ਆਪਦੇ ਸਿੰਬਲ ਤੁਹਾਨੂੰ ਆਪਦੇ ਬਣਾਏ ਹੋਏ ਨਿਸ਼ਾਨ ਪਤਾ ਲੱਗਣੇ ਚਾਹੀਦੇ ਹਨ ਦੁਨੀਆ ਤਰੀਕੇ ਅੰਦਰ ਮਰਜੀ ਜਾਵੇ ਆਪਾਂ ਕੀ ਲੈਣਾ ਦੇਣਾ ਰਾਮ ਖੇਲ ਜਾਂ ਡਾਂਸ ਬੱਚੋ ਕਹਿੰਦਾ ਸਰਵੰਤਾ ਜੀ ਬਿਹਾਰ ਦੇ ਨਾਲ ਸੰਬੰਧਿਤ ਹੈ ਬਿਹਾਰ दैट विल बी द राइट आंसर ਤੇ ਬਿਹਾਰ ਵਿੱਚੋਂ ਪਟਨਾ ਬਿਹਾਰ ਦੀ ਰਾਜਧਾਨੀ ਹੈ ਤੇ ਪਟਨਾ ਨੂੰ ਪਹਿਲਾਂ ਪਟਲੀਪੁੱਤਰ ਬੋਲਿਆ ਜਾਂਦਾ ਸੀ ਤੇ ਬਿਹਾਰ ਦੀ ਜਿਵੇਂ ਗੱਲ ਕਰਾਂ ਜਿਵੇਂ ਬਿਹਾਰ ਦੀ ਗੱਲ ਕਰਾਂ ਪਿਆਰੇ ਦੋਸਤੋ ਤਾਂ ਬਿਹਾਰ ਉਹ ਸਟੇਟ ਹੈ ਜਿਹਦੇ ਵਿੱਚ ਭਈ ਵੱਸੋਂ ਕਣਤਾ ਸਭ ਤੋਂ ਜ਼ਿਆ ਜੀਦੇ ਵਿੱਚ ਵਸੋਂ ਕਣਤਾ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਅਕੋਰਡਿੰਗ ਟੂ ਦਾ 2011 ਸੈਂਸਸ ਪਿਆਰੇ ਦੋਸਤੋ ਅਗਲਾ ਕੁਐਸਚਨ ਦੇਖੋ ਕੋਲਕਾਤਾ ਕਿਸ ਨਦੀ ਦੇ ਕੰਡੇ ਦੇ ਉੱਤੇ ਸਥਿਤ ਹੈ ਪਿਆਰੇ ਦੋਸਤੋ ਕੋਲਕਾਤਾ ਕਿਸ ਨਦੀ ਦੇ ਕੰਡੇ ਤੇ ਸਥਿਤ ਹੈ ਪਿਆਰੇ ਦੋਸਤੋ ਗੋਮਤੀ ਹੂਗਲੀ ਯਮੁਨਾ ਬ੍ਰह्मਪutra ਗੋਮਤੀ ਹੂਗਲੀ ਯਮੁਨਾ ਤੇ ਬ੍ਰह्मਪutra ਕਾਦੇ ਤੇ ਸਥਿਤਤਾ ਬੱਚੋ ਕੋਲਕਾਤਾ ਕੋਲਕਾਤਾ ਕਲਕੱਤਾ ਕਲਕੱਤਾ ਪਿਆਰੇ ਬੱਚੋ ਕਿਹੜੀ ਨਦੀ ਦੇ ਉੱਤੇ ਸਥਿਤ ਹੈ ਦੱਸੋ ਜੀ ਓ ਭਾਈ ਤੁਹਾਡੀ ਬੁੱਕ ਵਾਲਾ ਕੰਮ ਕਰ ਦੂੰਗਾ ਟੈਨਸ਼ਨ ਨਾ ਮੈਨੂੰ ਜਲਦੀ ਲਵੇ ਲੱਗਿਆ ਕੰਮ ਸਪੀਡ ਖਿੱਚੀ ਹੋਈ ਹੈ ਮੈਂ ਆਪਦੇ ਵੱਲੋਂ ਜਲਦੀ ਜਲਦੀ ਨਿਬੜ ਜੂਗਾ ਕੰਮ ਟੈਨਸ਼ਨ ਨਾ ਮੰਨੋ ਕੋਲਕਾਤਾ ਕਿਸ ਨਦੀ ਦੇ ਕੰਡੇ ਦੇ ਉੱਤੇ ਸਥਿਤ ਹੈ ਪਿਆਰੇ ਦੋਸਤੋ ਕੋਲਕਾਤਾ ਸਥਿਤ ਹੈ ਜੀ ਹੂਗਲੀ ਨਦੀ ਦੇ ਕੰਡੇ ਤੇ ਤੇ ਜਿਹੜੀ ਹੂਗਲੀ ਨਦੀ ਹੈ ਇਹ ਉਹੀ ਨਦੀ ਹੈ ਜਿੱਥੇ 1757 ਦੇ ਵਿੱਚ ਬੈਟਲ ਆਫ ਪਲਾਸੀ ਲੜੀ ਗਈ ਸੀ ਪਿਆਰੇ ਬੱਚੋ ਇਹ ਉਹੀ ਹੂਗਲੀ ਨਦੀ ਹੈ ਜਿਹਦੇ ਕੰਡੇ ਦੇ ਉੱਤੇ ਬੈਟਲ ਆਫ ਪਲਾਸੀ ਲੜੀ ਗਈ ਸੀ 1757 ਦੇ ਵਿੱਚ 20 ਬਿਲਬੀ ਦਾ ਰਾਈਟ ਆਨਸਰ ਇਹ ਗੰਗਾ ਦੀ ਟ੍ਰਿਬਿਊਟਰੀ ਹੈ ਜਾਂ ਐਵੇਂ ਵੀ ਕਹਿ ਸਕਦੇ ਆ ਵੀ ਗੰਗਾ ਨੂੰ ਇੱਥੇ ਜਾ ਕੇ ਹੂਗਲੀ ਬੋਲ ਦਿੰਦੇ ਆ ਐਵੇਂ ਵੀ ਬੋਲ ਸਕਦੇ ਹੋ ਗੱਲ ਅਗਲਾ ਕੁਐਸਚਨ ਜ਼ਰਾ ਵੇਖਦੇ ਆ ਭੁੱਖ ਹੜਤਾਲ ਦੇ ਕਾਰਨ ਜੇਲ੍ਹ ਵਿੱਚ ਮਰਨ ਵਾਲੇ ਆਜ਼ਾਦੀ ਘੁਲਾਟੀਆ ਦਾ ਨਾਮ ਭੁੱਖ ਹੜਤਾਲ ਦੇ ਕਰਕੇ ਕਿਹੜਾ ਆਜ਼ਾਦੀ ਘੁਲਾਟੀਆ ਸੀ ਪਿਆਰੇ ਦੋਸਤੋ ਕਿਹੜਾ ਫ੍ਰੀडम फाइਟਰ ਸੀ ਜਿੱਦੀ ਡੈਥ ਹੋ ਗਈ ਸੀ ਭਗਤ ਸਿੰਘ ਬਿਪਿੰਦ ਚੰਦਰਪਾਲ ਜਤਿੰਦਰਾਸ ਸੁਭਾਸ਼ ਚੰਦਰ ਬੋਸ ਮੈਂ ਕਹਿੰਦਾ ਦੀ ਤੁਹਾਡੇ ਚੋ ਜਿੰਨਾ ਨਕੰਮੇ ਤੋਂ ਨਕੰਮਾ ਆ ਨਾ ਜਿਹੜਾ ਜਿਹਦਾ ਜਨਮ ਵੀ ਐਤਵਾਰ ਨੂੰ ਹੋਇਆ ਜਿਹਦਾ ਜਨਮ ਜੂਨ ਜੁਲਾਈ ਦੇ ਵਿੱਚ ਛੁੱਟੀਆਂ ਵਾਲੇ ਮਹੀਨੇ ਚ ਹੋਇਆ ਜਿਹੜਾ ਨਹੀਂ ਜਾਣਦਾ ਵੀ ਪੜ੍ਹਨਾ ਕਿਵੇਂ ਹੁੰਦਾ ਜਿਹਨੂੰ ਨਹੀਂ ਪਤਾ ਇਤਿਹਾਸ ਕੀ ਹੈ ਉਹਦਾ ਇਸ ਸਵਾਲ ਦਾ ਜਵਾਬ ਇੱਕ ਤਾਂ ਹੈਗਾ ਵੀ ਕੁਛ ਮਰਜੀ ਸਕਦਾ ਜੀ ਦੁਨੀਆ ਇਸਦਰ ਤੋਂ ਇਧਰ ਹੋਸਾ ਦੀਆ ਪਰ ਭਗਤ ਸਿੰਘ ਨਹੀਂ ਆਊਗਾ ਕਿਉਂਕਿ ਉਹਨੂੰ ਪਤਾ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਭਗਤ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਬੱਚੋ ਫਾਂਸੀ ਦੇ ਕੇ ਤੇ ਵਿਪਿੰਨ ਚੰਦਰ ਪਾਲ ਵੀ ਨਹੀਂ ਆਏਗਾ ਸੁਬਾਸ਼ ਚੰਦਰ ਬੋਸ ਵੀ ਨਹੀਂ ਆਏਗਾ ਜਤਿੰਦਰ ਦਾਸ ਬਿਲビਦਾ ਝਮਾ ਝਮ ਝਮਾ ਝਮ ਝਮਾ ਝਮ ਝਮਾ ਝਮ ਝਮਾ 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 ਜਮਾ ਜਮਾਂ ਅੰਸਰ ਜਤਿੰਦਾਸ ਬਿਲਕੁਲ ਰਾਈਟ ਉੱਤਰ ਆਏਗਾ ਜੀ ਭੋਲੇ ਕਾ ਟਿੱਡਾ ਭਾਈ ਗਲਤ ਹੈ ਭੋਲੇ ਕੇ ਟਿੱਡੇ ਦੇ ਮਗਰ ਨਾ ਲੱਗਿਓ ਇਹ ਮਾਂ ਦਾ ਪੁੱਤ ਕਹਿੰਦਾ ਸੁਬਾਚੰਦਰ ਬਹੁਤ ਸਾਊਗਾ ਇਹ ਗਲਤ ਹੈ ਜੀ ਜਤਿੰਦਾਸ ਬਿਲਕੁਲ ਸਹੀ ਹੈ ਜੀ 63 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਇਹਨਾਂ ਦੀ ਡੈਥ ਜਿਹੜੀ ਹੈ ਜੇਲ੍ਹ ਦੇ ਵਿੱਚ ਪਿਆਰੇ ਦੋਸਤੋ ਹੋ ਗਈ ਸੀ ਜੀ ਪੇਪਰ ਤੇ ਸਵਾਲ ਕਾਫੀ ਵਾਰੀ ਆਇਆ ਕਾਫੀ ਵਾਰੀ ਬਣਦਾ ਉੱਤਰ ਸਾਡੇ ਕੋਲ ਕੀ ਆ ਗਿਆ ਜੀ ਜਤਿੰਦਾਸ ਦੈਟ ਵਿਲ ਬੀ ਦਾ ਰਾਈਟ ਆਨਸਰ ਪਿਆਰੇ ਦੋਸਤੋ ਅਗਲਾ ਕੁਐਸਚਨ ਦੇਖਦੇ ਹਾਂ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦੀ ਸਥਾਪਨਾ ਕਿਹੜੇ ਸਾਲ ਦੇ ਵਿੱਚ ਕੀਤੀ ਗਈ ਸੀ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦੀ ਸਥਾਪਨਾ ਕਿਹੜੇ ਸਾਲ ਦੇ ਵਿੱਚ ਪਿਆਰੇ ਦੋਸਤੋ ਕੀਤੀ ਗਈ ਸੀ ਇਹ ਸਵਾਲ ਦਾ ਮੈਨੂੰ ਸਭ ਜਣੇ ਦੇਣਗੇ ਜਵਾਬ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬੱਚੋ Maudas Čekarvancer. ਕਰੋ ਕਰਵਾਂ ਸਰ ਕਰੋ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕੀ ਉੱਤਰ ਆਊਗਾ ਜੀ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਕਿਹੜੇ ਸਾਲ ਦੇ ਵਿੱਚ ਬਣੀ ਸੀ ਪਿਆਰੇ ਦੋਸਤੋ ਦੇਖੋ ਜੀ ਦੋ ਚੀਜ਼ਾਂ ਨੇ ਇੱਕ ਤਾਂ ਚੀਜ਼ ਆਉਂਦੀ ਆ ਜੀ ਸਾਡੇ ਕੋਲੇ ਐਚ ਆਰ ਐ ਇੱਕ ਕੀ ਆਉਂਦੀ ਆ ਬੱਚੋ ਐਚ ਆਰ ਐ ਇੱਕ ਆਉਂਦੀ ਆ ਜੀ ਐਚ ਐਸ ਆਰ ਐ ਇੱਕ ਕੀ ਆਉਂਦੀ ਆ ਜੀ ਐਚ ਐਸ ਆਰ ਐ ਜੇ ਪੁੱਛੂਗਾ ਐਚ ਐਸ ਆਰ ਐ ਜਾਨੀ ਕਿ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਤਾਂ ਯਾਦ ਰੱਖਿਓ ਜੀ 1928 ਜੇ ਪੁੱਛੂਗਾ ਐਚ ਆਰ ਐ ਤਾਂ ਯਾਦ ਰੱਖਿਓ ਜੀ 1924 ਆ ਐਚ ਆਰ ਐ ਤਿੰਨ ਅੱਖਰਾਂ ਛੋਟੇ ਆ ਤੇ ਇੱਥੇ ਸਾਰੇ ਚਾਰ ਅੱਖਰਾਂ ਤੇ ਭਾਈ ਤਾਂ ਵੱਡੇ ਆ ਜੀ 28 ਹੈ ਗੱਲ ਯਾਦ ਰੱਖਿਓ ਪਿਆਰੇ ਦੋਸਤੋ ਇੱਥੇ ਕੀ ਪੁੱਛਿਆ ਜੀ ਐਚ ਸਾਡੇ ਕੋਲੇ ਐਚ ਆਰ ਐ ਪੁੱਛਿਆ ਐਚਾਰੇ ਦੀ ਸਥਾਪਨਾ 1924 ਦੇ ਵਿੱਚ ਪਿਆਰੇ ਦੋਸਤੋ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦੀ ਸਥਾਪਨਾ ਤੇ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦੇ ਫਾਊਂਡਰ ਕੌਣ ਨੇ ਸੋ ਆਪਣੇ ਕੋਲੇ ਚੰਦਰ ਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ, ਅਸ਼ਫਾਕ ਉੱਲਾਹ ਖਾਨ, ਸਚਿੰਦ ਸਨਿਆਲ, ਰਾਜੇਂਦਰ ਲਹਿਰੀ ਤੇ ਬਹੁਤ ਵੱਡੇ ਵੱਡੇ ਜਿਹੜੇ ਉਹਗੇ ਕ੍ਰਾਂਤੀਕਾਰੀ ਸਾਨੂੰ ਸਮੇਂ ਇਸ ਪਾਰਟੀ ਦੇ ਵਿੱਚ ਇਸ ਮੂਵਮੈਂਟ ਦੇ ਵਿੱਚ ਸ਼ਾਮਿਲ ਸਨ ਪਿਆਰੇ ਦੋਸਤ ਸਚਿਨ ਤੈਂਦੂਲਕਰ ਦੀ ਜੀਵਨੀ ਕਿਹੜੀ ਹੈ ਪਿਆਰੇ ਦੋਸਤੋ ਸਚਿਨ ਤੈਂਦੂਲਕਰ ਦੀ ਜੀਵਨੀ ਦੱਸੋ ਜੀ ਕਿਹੜੀ ਹੈ ਕਰੋ ਅਨਸਰ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕਰੋ ਕਰੋ ਅਨਸਰ ਕਰੋ ਸਾਰੇ ਇਹਨਾਂ ਸ਼ਾਬਾਸ਼ 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 ਮੇਰੇ ਸ਼ੇਰੋ ਚੱਕ ਦੋ ਫੱਟੇ ਫੱਟੇ ਚੱਕੀ ਰੱਖੋ ਹਰੇ ਕੁਐਸਚਨ ਦਾ ਆਨਸਰ ਆਪਾਂ ਨਾਲ ਨਾਲ ਦਿੰਦੇ ਰਹਿਣਾ ਜੀ ਹਰੇਕ ਸਵਾਲ ਦਾ ਜਵਾਬ ਜਿਹੜਾ ਉਹ ਤੁਹਾਡਾ ਹੋਣਾ ਚਾਹੀਦਾ ਪਿਆਰੇ ਬੱਚੋ 201 ਜਣਿਆਂ ਨੇ ਹਾਲ ਤੱਕ ਕਲਾਸ ਨੂੰ ਲਾਈਕ ਕੀਤਾ ਜੀ ਲਾਈਕ ਤੇ ਲਾਈਵ ਵਾਲਾ ਕੰਮ ਜਿਹੜਾ ਬਰਾਬਰ ਰੱਖਿਆ ਕਰੋ ਭਾਈ ਕਹਿਣਾ ਨਾ ਪਿਆ ਕਰੇ ਸਚਿਨ ਤੈਂਦੁਲਕਰ ਦੀ ਜਿਹੜੀ ਜੀਵਨੀ ਹੈ ਉਹ ਆਜੀ ਬੱਚੋ ਸਾਡੇ ਕੋਲੇ ਪਲੇਇੰਗ ਇਟ ਮਾਈ ਵੇ ਪਲੇਇੰਗ ਇਟ ਮਾਈ ਵੇ ਇਹਨੂੰ ਸਚਿਨ ਤੈਂਦੁਲਕਰ ਨੂੰ ਮਾਸਟਰ ਬਲਾਸਟਰ ਵੀ ਕਿਹਾ ਜਾਂਦਾ ਪਿਆਰੇ ਦੋਸਤੋ ਕੀ ਬੋਲਿਆ ਜਾਂਦਾ ਜੀ ਮਾਸਟਰ ਬਲਾਸਟਰ ਮਾਸਟਰ ਬਲਾਸਟਰ ਵੀ ਬੋਲਿਆ ਜਾਂਦਾ ਤੇ ਨਾਲ ਨਾਲ ਸਚਿੰਦਰ ਦਦulkar ਨੂੰ ਗੋਡ ਆਫ ਕ੍ਰਿਕਟ ਵੀ ਬੋਲਿਆ ਜਾਂਦਾ ਜੀ ਗੋਡ ਆਫ ਕ੍ਰਿਕਟ ਵੀ ਬੋਲਿਆ ਜਾਂਦਾ ਪਿਆਰੇ ਦੋਸਤੋ ਅਗਲਾ ਕੁਐਸਚਨ ਜ਼ਰਾ ਵੇਖਦੇ ਹਾਂ ਤਰਾਂਯਮ ਦੀ ਦੂਜੀ ਲੜਾਈ ਕਿਹੜੇ ਸਾਲ ਦੇ ਵਿੱਚ ਲੜੀ ਗਈ ਸੀ ਸੈਕੰਡ ਬੈਟਲ ਆਫ ਤਾਰਾਣ ਕਿਹੜੇ ਸਾਲ ਦੇ ਵਿੱਚ ਹੋਈ ਸੀ ਹੁਣ ਜਿਹੜੇ ਜਿਹੜੇ ਬੱਚੇ ਮੈਨੂੰ ਡੇਲੀ ਸੁਣਦੇ ਆ ਜਿਹੜੇ ਜਿਹੜੇ ਬੱਚੇ ਮੈਨੂੰ ਵੇਖਦੇ ਆ ਡੇਲੀ ਸੁਣਦੇ ਆ ਕਲਾਸ ਲਾਉਂਦੇ ਆ ਉਹਨਾਂ ਨੂੰ ਪਤਾ ਉਹਨਾਂ ਨੂੰ ਯਾਦ ਕਰਨ ਦਾ ਤਰੀਕਾ ਦੱਸਿਆ ਵੀ ਇੱਕ ਤਰੀਕਾ ਵਰਤ ਲਓ ਜੀ ਤਰੀਕਾ ਇਹ ਸੀਗਾ ਵੀ ਉਹ ਗੀਤ ਨਹੀਂ ਸੀ ਪੁਰਾਣਾ ਗੱਲ 91 ਜਾਂ 92 ਦੀ ਹੋਣੀ ਹੈ ਤੇਰੇ ਬਾਰੇ ਸੀ ਜਦੋਂ ਦੇ ਅਸੀਂ ਸੋਚਦੇ ਹੈਗਾ ਸੀ ਨਾ ਗੀਤ ਇੱਕ ਗਿੱਪੀ ਗਰੇਵਾਲ ਦਾ ਆਪਾਂ ਉਹ ਗੀਤ ਨਹੀਂ ਕਹੋਣਾ ਯਾਰ ਹਨਾ ਆਪਾਂ ਕਿਉਂ ਸੋਚਣਾ ਕਿਸੇ ਬਾਰੇ ਆਪਾਂ ਕਹਿਣਾ ਜੀ ਗੱਲ 91 ਜਾਂ 92 ਦੀ ਹੋਣੀ ਹੈ ਤੇਰੇ ਬਾਰੇ ਨਹੀਂ ਤ੍ਰੈਣ ਬਾਰੇ ਸੀ ਜਦੋਂ ਦੇ ਅਸੀਂ ਸੋਚਦੇ ਗੱਲ 91 ਜਾਂ 92 ਦੀ ਹੋਣੀ ਹੈ ਤ੍ਰੈਣ ਬਾਰੇ ਸੀ ਜਦੋਂ ਦੇ ਅਸੀਂ ਸੋਚਦੇ 1191 1100 ਤੇ 92 ਆ ਦੋ ਸਾਲਾਂ ਦੀਆਂ ਪਹਿਲੀ ਤੇ ਦੂਜੀ ਬੈਟਲ ਆ ਜੀ ਤ੍ਰੈਣ ਦੀ ਪਿਆਰੇ ਦੋਸਤੋ ਗੱਲ 91 ਜਾਂ 92 ਦੀ ਹੋਣੀ ਹੈ ਤ੍ਰੈਣ ਬਾਰੇ ਸੀ ਜਦੋਂ ਦੇ ਅਸੀਂ ਸੋਚਦੇ ਪਹਿਲੀ ਤ੍ਰੈਣ ਦੀ ਬੈਟਲ 1191 ਦੂਜੀ ਤ੍ਰੈਣ ਦੀ ਬੈਟਲ ਬਾ 1192 ਇੱਧਰ ਆ ਜਾਓ ਤੀਜੀ ਵੀ ਵੇਖ ਲੈਣੇ ਆ ਤੀਜੀ 1215 ਦੇ ਵਿੱਚ ਪਿਆਰੇ ਦੋਸਤੋ ਪਹਿਲੀ ਬੈਟਲ ਦੇ ਵਿੱਚ ਮੁਹੰਮਦ ਗੋਰੀ ਤੇ ਪ੍ਰithvi ਰਾਜ ਚੋਹਾਨ ਦੀ ਲੜਾਈ ਹੋਈ ਇਹਦੇ ਵਿੱਚ ਮੁਹੰਮਦ ਗੋਰੀ ਹਾਰ ਜਾਂਦਾ ਤੇ ਪ੍ਰਿਥਵੀ ਰਾਜ ਚੋਹਾਨ ਦੀ ਜਿੱਤ ਹੁੰਦੀ ਹੈ ਦੂਜੀ ਤਰਾਇਨ ਦੀ ਬੈਟਲ ਦੇ ਵਿੱਚ ਪ੍ਰਿਥਵੀ ਰਾਜ ਚੋਹਾਨ ਦੀ ਹਾਰ ਹੁੰਦੀ ਹੈ ਤੇ ਮੁਹੰਮਦ ਗੋਰੀ ਜਿੱਤ ਜਾਂਦਾ ਤੀਜੀ ਤਰਾਇਨ ਦੀ ਬੈਟਲ ਦੇ ਵਿੱਚ ਯਾਲਦੂਜ ਤੇ ਇਲਤੁਤਮਿਸ਼ਦੀ ਲੜਾਈ ਹੁੰਦੀ ਹੈ ਤੇ ਇਹਦੇ ਵਿੱਚ ਇਲਤੁਤਮਿਸ਼ਦੀ ਜਿੱਤ ਪ੍ਰਾਪਤ ਹੁੰਦੀ ਹੈ ਐਨੀ ਗੱਲ ਸੀ ਐਨੀ ਬਾਤ ਸੀ ਬਾਸ ਅਗਲਾ ਕੁਐਸਚਨ ਵੇਖਦੇ ਹਾਂ ਜੀ ਅਗਲਾ ਸਵਾਲ ਆ ਸੈਂਚਰੀ ਇਜ਼ ਨਾਟ ਇਨਫ ਆ ਸੈਂਚਰੀ ਇਜ਼ ਨਾਟ ਇਨਫ ਇਹ ਕਹਿੰਦੇ ਕਿਸ ਦੀ ਆਟੋ ਬਾਇਓਗ੍ਰਾਫੀ ਹੈ ਪਿਆਰੇ ਦੋਸਤੋ ਸਚਿਨ ਟੈਂਡुलकर ਦੀ ਰਾਹੁਲ ਦਰਾਵਿੜ ਦੀ ਸੌਰਵ ਗਾਂਗੂਲੀ ਦੀ ਜਾਂ ਫਿਰ ਅਨਿਲ ਕੁੰਬਲੇ ਦੀ ਦੋ ਜਰਾ ਜਵਾਬ ਇਸ ਸਵਾਲ ਦਾ ਜਵਾਬ ਦੇਣ ਵਾਲੇ ਵਿਦਿਆਰਥੀ ਨੂੰ ਪੂਰੇ 300 ਡਾਲਰ ਨਗਦ ਦੇ ਨਾਮ ਕਾਲਪਨਿਕ ਰੂਪ ਦੇ ਵਿੱਚ ਦਿੱਤਾ ਜਾਏਗਾ ਜੀ ਪੂਰੇ 300 ਡਾਲਰ ਦਾ ਨਗਦ ਕੈਸ਼ ਪ੍ਰਾਈਜ਼ ਦਿੱਤਾ ਜਾਏਗਾ ਕਾਲਪਨਿਕ ਰੂਪ ਚ ਮੰਨ ਲਿਓ ਵੀ ਮਿਲ ਗਿਆ ਪਰ ਜਵਾਬ ਦੇ ਦਿਓ ਜੀ ਕੀ ਆਏਗਾ ਆ ਸੈਂਚਰੀ ਇਜ਼ ਨਾਟ ਇਨਫ playing it my way ਆਪਾਂ ਵੇਖ ਲਈ ਕੀਦੀ ਸੀ ਸਚਿੰਦ ਦੇ ਯਾਨੀ ਕਿ ਸਚਿੰਦ ਤਨੀਆ ਹੋਊਗਾ ਜੀ ਇੱਕ ਯੋਗਰਾਜ ਸਿੰਘ ਦੀ ਟੈਸਟ ਆਫ ਮਾਈ ਲਾਈਫ ਉਹ ਵੀ ਨਹੀਂ ਆ ਸਕਦਾ ਜੀ ਇਹਦਾ ਉਤਰ ਕੀ ਬਣੂਗਾ ਇਹਦਾ ਉਤਰ ਬਣੂਗਾ ਬੱਚੋ ਸਾਰਵ ਗਾਂਗੂਲੀ ਜਿਹਨੂੰ ਆਪਾਂ ਦਾਦਾ ਕਹਨੇ ਆਂ ਕ੍ਰਿਕਟ ਦਾ ਜਿਹਨੂੰ ਕ੍ਰਿਕਟ ਦਾ ਕੀ ਬੋਲਿਆ ਜਾਂਦਾ ਬੱਚੋ ਦਾਦਾ ਬੋਲਿਆ ਜਾਂਦਾ ਕਿਉਂਕਿ ਇਹ ਬੰਗਾਲ ਦਾ ਰਹਿਣ ਵਾਲਾ ਭਾਈ ਤੇ ਬੰਗਾਲ ਦੇ ਵਿੱਚ ਵੱਡੇ ਭਾਈ ਨੂੰ ਦਾਦਾ ਬੋਲਿਆ ਜਾਂਦਾ ਜੀ ਵੱਡੇ ਭਾਈ ਨੂੰ ਕੀ ਬੋਲਦੇ ਆ ਦਾਦਾ ਬੋਲਦੇ ਆ ਪਿਆਰੇ ਦੋਸਤੋ ਤੇ ਭੈਣ ਨੂੰ ਦੀਦੀ ਬੋਲਦੇ ਆ ਤਾਂ ਹੀ ਤਾਂ ਮਮਤਾ ਦੀਦੀ ਕਹਿੰਦੀ ਉਹਨੂੰ ਅਗਲਾ ਕੁਐਸਚਨ ਦੇਖੋ ਕਹਿੰਦੇ ਪੁਰਤਗਾਲੀਆਂ ਦਾ ਪਹਿਲਾ ਗਵਰਨਰ ਕੌਣ ਸੀ ਜਿਸ ਨੇ ਨੀਲੇ ਪਾਣੀ ਦੀ ਨੀਤੀ ਨੂੰ ਪੇਸ਼ ਕੀਤਾ ਇਹ ਸਵਾਲ ਜਮ੍ਹਾਂ ਤੁਹਾਡੇ ਵਾਸਤੇ ਕਿਹੜਾ ਸਵਾਲ ਆ ਜੀ ਦਿਸ ਇਜ਼ ਦਾ ਚੂਰਨ ਸਵਾਲ ਫੋਰ ਮੀ ਦਿਸ ਇਜ਼ ਦਾ ਚੂਰਨ ਕੁਐਸਚਨ ਫੋਰ ਮੀ ਸਰ ਬਿਲਕੁਲ ਚੂਰਨ ਸਵਾਲ ਆ ਪਿਆਰੇ ਦੋਸਤੋ ਜਵਾਬ ਦੇ ਦਿਓ ਇੱਕ ਵਾਰੀ ਪੁਰਤਗਾਲੀਆਂ ਦਾ ਪਹਿਲਾ ਗਵਰਨਰ ਕੌਣ ਸੀ ਜਿਸ ਨੇ ਨੀਲੇ ਪਾਣੀ ਦੀ ਨੀਤੀ ਨੂੰ ਪੇਸ਼ ਕੀਤਾ ਬਲੂ ਵਾਟਰ ਪਾਲਿਸੀ ਜਿਹੜੀ ਹੈ ਇਹ ਸਾਡੇ ਕੋਲ ਇੰਟਰੋਡਿਊਸ ਕੀਤੀ ਸਰ ਪੀਡੀਐਫ ਕਿੱਥੇ ਮਿਲਦੀ ਆ ਕੋਈ ਦੱਸ ਦੋ ਹੈਪੀ ਜ਼ੋਤਾ ਜੀ ਪੀਡੀਐਫ ਕਿੱਥੇ ਨਹੀਂ ਮਿਲਦੀ ਡੇਲੀ ਲਾਈਵ ਆਉਣਾ ਪਊਗਾ 1 ਘੰਟੇ ਦੀ ਕਲਾਸ ਲਾਉਣੀ ਪਊਗੀ ਪੀਡੀਐਫ ਦੇਣ ਦਾ ਕੋਈ ਫਾਇਦਾ ਨਹੀਂ ਮੈਂ ਬਥੇਰੀ ਪੀਡੀਐਫ ਦੇ ਦੇ ਕੇ ਦਿੱਤੀ ਹੈ ਮੈਂ ਬਥੇਰੀ ਵੇਖੀ ਆ ਪੀਡੀਐਫ ਦੇ ਦੇ ਕੇ ਕੋਈ ਫਾਇਦਾ ਨਹੀਂ ਮਿਲਿਆ ਮੈਨੂੰ ਉਹਦਾ ਹਨਾ ਜਦੋਂ ਪੁੱਛਿਆ ਨਾ ਜਵਾਕਾਂ ਨੂੰ ਵੀ ਪੜਦੇ ਹੋ ਹਾਂ ਸਰ ਜੀ ਪੇਪਰ ਦੇ ਨੇੜੇ ਤੇ ਜਾ ਕੇ ਪੜ ਲਾਂਗੇ ਹਲੇ ਤਾਂ ਪੀਡੀਐਫ ਡਾਊਨਲੋਡ ਕਰਕੇ ਫੋਨ 'ਚ ਰੱਖੀ ਹੋਈ ਹੈ ਮੈਂ ਕਿਹਾ ਫਿਰ ਠੀਕ ਹੈ ਭਾਈ ਫਿਰ ਮੈਂ ਇੱਕ ਦਿਨ ਇnspायर ਹੋ ਕੇ ਇੱਕ ਦਿਨ ਮੈਂ ਬੈਠ ਕੇ ਹੈ ਪ੍ਰਮਾਤਮਾ ਦਾ ਧਿਆਨ ਕੀਤਾ ਵੀ ਪੀਡੀਐਫ ਦੇ ਬਾਰੇ ਕੀ ਕੀਤਾ ਜਾਵੇ ਤਾਂ ਫਿਰ ਉੱਪਰੋਂ ਆਵਾਜ਼ ਆਈ ਵੀ ਪੀਡੀਐਫ ਪੀਡੀਐਫ ਸਭ ਕਰਾਂ पीडीएफ पढ़े ना कोई जब पीडीएफ पढ़ने की बारी आई सब कम्बलतान के सोए अने किसे महान संता ने जेड़े विचार कर देते ते पीडीएफ में देनी बंद कर देती एदा उत्तर आएगा जी फ्रांसिस्को डी अल्मीडा प्यारे दोस्तों फ्रांसिस्को डी अल्मीडा दैट विल बी द राइट आंसर जेडी ब्लू वाटर पॉलिसी सी नीले पानी दी नीति सी ओ भाई आप दी समुद्री सेना नु नेवी नु मजबूत करण दे ली ए पुर्तगालीया द्वारा जेडी नीति बच्चो ए बरती गई सी गल नु चेते रखियो गल नु दिमाग दे विच रखियो ਜਿਵੇਂ ਗੱਲ ਕਰਾਂ ਲਮੀਡੇ ਦੀ ਤਲਮੀਡੇ ਦੇ ਰਾਜ ਦੇ ਵਿੱਚ ਹੀ 1503 ਦੇ ਵਿੱਚ ਪਿਆਰੇ ਦੋਸਤੋ ਇਹਨਾਂ ਨੇ ਕੇਰਲਾ ਦੇ ਵਿੱਚ ਕੋਚੀ ਦਾ ਕਿਲਾ ਜਿੱਤ ਲਿਆ ਸੀ ਪੁਰਤਗਾਲੀਆਂ ਨੇ ਪਿਆਰੇ ਦੋਸਤੋ ਉਸ ਤੋਂ 1510 ਦੇ ਵਿੱਚ ਆ ਕੇ ਗੋਆ ਤੇ ਕਬਜ਼ਾ ਕਰ ਲਿਆ ਤੇ ਗੋਆ ਤੇ ਕਬਜ਼ਾ ਬਹੁਤ ਲੰਬਾ ਰਿਹਾ ਇਹ ਵੀ ਗੱਲ ਬੱਚੋ ਯਾਦ ਰੱਖਿਓ ਜੀ ਆਨਸਰ ਤੁਹਾਡਾ ਕੀ ਆ ਚੁੱਕਿਆ ਆਨਸਰ ਤੁਹਾਡਾ 20 ਆ ਚੁੱਕਿਆ ਬਈ ਦੋਸਤੋ ਵੈਰੀ ਗੁੱਡ ਅਗਲਾ ਕੁਐਸਚਨ ਜਰਾ ਆਪਾਂ ਵੇਖਦੇ ਹਾਂ ਜੀ ਅਗਲਾ ਸਵਾਲ ਮਾਰੋ ਨਜ਼ਰ ਅਗਲਾ ਕੁਐਸਚਨ ਦੇਖੋ ਜੀ ਕੀ ਕਹਿ ਰਿਹਾ ਪਿਆਰੇ ਦੋਸਤੋ ਅਗਲਾ ਸਵਾਲ ਦੇਖੋ ਜੀ ਕੀ ਕਹਿਣਾ ਚਾਹ ਰਿਹਾ ਹੈ ਅਗਲਾ ਕੁਐਸ਼ਨ ហេਠਾਂ ਲਿਖੇ ਵਿੱਚੋਂ ਕਿਹੜੀ ਸੰਵਿਧਾਨਕ ਸੰਸਥਾ ਨਹੀਂ ਹੈ ਜੀ ហេਠਾਂ ਲਿਖੇ ਵਿੱਚੋਂ ਕਿਹੜੀ ਹੈ ਜਿਹੜੀ ਇੱਕ ਸੰਵਿਧਾਨਕ ਸੰਸਥਾ ਪਿਆਰੇ ਦੋਸਤੋ ਨਹੀਂ ਹੈ ਜੀ CAG UPSC CBI ਯਾ ਸੁਪਰੀਮ ਕੋਰਟ ਇਹਨਾਂ ਦੇ ਵਿੱਚੋਂ ਕਿਹੜੀ ਹੈ ਜਿਹੜੀ ਸੰਵਿਧਾਨਕ ਸੰਸਥਾ ਪਿਆਰੇ ਦੋਸਤੋ ਨਹੀਂ ਹੈ ਸਰ ਆਵਾਜ਼ ਕਲੀਅਰ ਨਹੀਂ ਆ ਰਹੀ ਹੈ ਨਾ ਮੈਂ ਚੈੱਕ ਕਰਦਾ ਇੱਕ ਸੈਕਿੰਡ ਇੱਕ ਸੈਕਿੰਡ ਬੱਚੋ ਇੱਕ ਸੈਕਿੰਡ ਰੁਕੋ ਇੱਕ ਸੈਕਿੰਡ ਰੁਕੋ हां हो ठीक है। ਕਰੋ ਕਰੋ ਅਨਸਰ ਕਰੋ ਬੱਚੋ ਅਨਸਰ ਕਰੋ। ਸਰ ਤੁਹਾਡਾ ਫੇਸ ਮੇਰੇ ਚਾਚੇ ਨਾਲ ਮੈਚ ਕਰਦਾ। ਹੈ ਤੁਹਾਡੇ ਚਾਚੇ ਨਾਲ ਮੈਚ ਕਰਦਾ ਵਾਹ ਬਈ ਵਾਹ। ਕਿਆ ਬਾਤ ਹੈ ਫਿਰ ਤਾਂ ਸਮਕਰ ਵਰ ਚਾਚਾ ਸਮਝ ਕੇ ਪੜ੍ਹ ਲਓ ਮੇਰ ਤੋਂ ਹੈ ਇਹਦਾ ਉੱਤਰ ਕੀ ਆਊਗਾ ਜੀ ਇਹ ਸਵਾਲ ਦਾ ਜਵਾਬ ਆਊਗਾ ਬੱਚੋ सीबीआई सीबीआई ਇਸ ਦਾ ਨਾਟ ਕਨਸਟੀਟਿਊਸ਼ਨਲ ਬਾਡੀ ਸੀ सीबीआई ਜਿਹੜੀ ਹੈ ਕਨਸਟੀਟਿਊਸ਼ਨਲ ਬਾਡੀ ਨਹੀਂ ਹੈ ਪਿਆਰੇ ਦੋਸਤੋ ਕੈਗ ਹੈ ਕੈਗ ਸਾਡੇ ਕੋਲੇ ਆਰਟੀਕਲ ਨੰਬਰ 148 ਦੇ ਵਿੱਚ ਹੈ ਯੂਪੀਐਸਸੀ ਆਰਟੀਕਲ ਨੰਬਰ 315 ਤੋਂ 323 ਤੱਕ ਆ ਪਿਆਰੇ ਦੋਸਤੋ ਸੁਪਰੀਮ ਕੋਰਟ 124 ਦੇ ਵਿੱਚ ਹੈ ਇਹ ਤਿੰਨਾਂ ਦੇ ਆਰਟੀਕਲ ਹੈ ਪਰ सीबीआई ਨਹੀਂ ਆਏਗਾ सीबीआई दैट विल बी द ਰੋਂਗ ਆਨਸਰ ਪਿਆਰੇ ਦੋਸਤੋ ਬੋਲੋ ਸਰ ਸੌਰੀ ਹੂੰ ਬੋਲੋ ਸਰ ਸੌਰੀ ਗਲਤੀ ਹੋ ਗਈ ਜੀ ਇਸ ਤੋਂ ਬਾਅਦ ਨਹੀਂ ਹੁੰਦੀ ਅਗਲਾ ਕੁਐਸਚਨ ਦੇਖਦੇ ਹਾਂ ਜੀ 올 ਇੰਡੀਆ ਮੁਸਲਿਮ ਲੀਗ ਦਾ ਪਹਿਲਾ ਪ੍ਰਧਾਨ ਕੌਣ ਸੀ ਪਿਆਰੇ ਦੋਸਤੋ 올 ਇੰਡੀਆ ਮੁਸਲਿਮ ਲੀਗ ਦਾ ਪਹਿਲਾ ਪ੍ਰਧਾਨ ਕੌਣ ਸੀ ਆ ਕਿਹਨ ਉਹ ਜਿਹੜਾ ਕਹਿੰਦਾ ਚਾਚਾ ਬਾਉ ਹੂੰ ਪੜ੍ਹ ਲਾ ਮੇਰਾ ਵੀਰ ਪੜ੍ਹ ਲਾ ਚਾਚਾਤਾ ਬਾਉ ਹੈਗਾ ਹੀ ਆ ਪੜ੍ਹ ਲਾ ਮੇਰਾ ਵੀਰ ਤੂੰ लगता चाचा ऑल इंडिया मुस्लिम लीग का पहला प्रधान प्यारे दोस्तों कौन आ जी पहला प्रधान नवाब सलीम उल्ला खान ख्वाजा अब्दुल घानी शमशेर अली जा आगा खान की आएगा जी इस सवाल का जवाब करो आंसर वेरी गुड ਵੇਰੀ ਗੁੱਡ ਬਹੁਤ ਅੱਛੇ ਕੀ ਬਾਤ ਹੈ ਜੀ ਪਹਿਲਾ ਪ੍ਰਧਾਨ ਕੌਣ ਆਏਗਾ ਪਿਆਰੇ ਦੋਸਤੋ ਪਹਿਲਾ ਪ੍ਰਧਾਨ ਆਏਗਾ ਸਾਡੇ ਕੋਲੇ ਮਿਸਟਰ ਆਗਾ ਖਾਨ ਪਿਆਰੇ ਦੋਸਤੋ ਆਨਸਰ ਕਿਹਾ ਗਿਆ ਜੀ ਡੀ ਵਿਲ ਬੀ ਦਾ ਰਾਈਟ ਆਨਸਰ ਪਿਆਰੇ ਦੋਸਤੋ 올 ਇੰਡੀਆ ਮੁਸਲਿਮ ਲੀਗ ਦਾ ਪਹਿਲਾ ਪ੍ਰਧਾਨ ਕੌਣ ਹੈ ਆਗਾ ਖਾਨ 1906 ਦੇ ਵਿੱਚ 1906 ਦੇ ਵਿੱਚ ਮੁਸਲਿਮ ਲੀਗ ਦੀ ਸਥਾਪਨਾ ਹੁੰਦੀ ਹੈ ਜੀ 1906 ਦੇ ਵਿੱਚ ਕੀ ਹੁੰਦਾ ਬੱਚੋ ਮੁਸਲਿਮ ਲੀਗ ਦੀ ਸਥਾਪਨਾ ਹੁੰਦੀ ਹੈ ਇਹ ਹੁੰਦੀ ਕਿੱਥੇ ਹੈ ਪਿਆਰੇ ਦੋਸਤੋ ਢਾਕਾ ਦੇ ਵਿੱਚ ਤੇ ਢਾਕਾ ਕੀ ਅੱਜ ਅੱਜ ਬੰਗਲਾਦੇਸ਼ ਦੀ ਰਾਜਧਾਨੀ ਬਣ ਗਿਆ ਤੇ ਮੁਸਲਿਮ ਲੀਗ 19 ਸੋ 6 ਦੇ ਵਿੱਚ ਬਣਦੀ ਹੈ ਨਵਾਬ ਸਲੀਮੁੱਲਾ ਖਾਨ ਇਹਦੇ ਫਾਊਂਡਰ ਨੇ ਇਹਦੇ ਪਹਿਲੇ ਪ੍ਰਧਾਨ ਨੇ ਆਗਾ ਖਾਨ ਜੀ ਤੇ ਮਸ਼ੀਨ ਉਦ ਮੁਲਕ ਦੇ ਮੇਨ ਮੈਂਬਰ ਸਨ ਤੇ ਜਦੋਂ ਮੁਸਲਿਮ ਲੀਗ ਬਣਦੀ ਹੈ ਪਹਿਲੇ ਸਾਲ ਆਗਾ ਖਾਨ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਉਹ ਕਹਿੰਦੇ ਨਹੀਂ ਹੁੰਦੇ ਵੀ ਵਾਰਿਸ ਸ਼ਾਹਾਂ ਆਦਤਾਂ ਜਾਂਦੀਆਂ ਨੇ ਉਹ ਕਹਿੰਦੇ ਨੇ ਵੀ ਜਿਹੜੇ ਕੱਟੇ ਬੱਚੇ ਨੂੰ ਭਾਈ ਰੱਸਾ ਚੱਪਣ ਦੀ ਆਦਤ ਪੈ ਜੇ ਨਾ ਉਹ ਹਟਦਾ ਨਹੀਂ ਹੁੰਦਾ ਉਹਦੇ ਮੁੰਤੇ ਸੌ ਚਿਕਲੀਆਂ ਚੜਾ ਲਓ ਕੁਛ ਮਰਜ਼ੀ ਕਰਦੇ ਫਿਰੋ ਉਹਨੇ ਰੱਸਾ ਚੱਪਣਾ ਹੀ ਹੁੰਦਾ ਭਾਈ ਤੇ ਅਗਾ ਖਾਨ ਵਰਗੇ ਮਾੜੇ ਪ੍ਰਾਣੀਆਂ ਨੂੰ ਜਦੋਂ ਪ੍ਰਧਾਨ ਬਣਾਤਾ ਮੁਸਲਿਮ ਲੀਗ ਦਾ ਇਹਨਾਂ ਨੇ ਆਉਣ ਸਾਰ ਵੰਡ ਪਾਉਣੀ ਸ਼ੁਰੂ ਕਰਤੀ ਇਹਨੇ ਅਗਾ ਖਾਨ ਨੇ 1906 ਦੇ ਵਿੱਚ ਡਿਮਾਂਡ ਕੀਤੀ ਕਾਮਿਊਨਲ ਇਲੈਕਸ਼ਨ ਦੀ ਕਾਦੀ ਮੰਗ ਕੀਤੀ ਬੱਚੋ ਧਾਰਮਿਕ ਸੰਪਰਦਾਇਕਤਾ ਚੋਣਾਂ ਦੀ ਮੰਗ ਕੀਤੀ ਪਿਆਰੇ ਦੋਸਤੋ 1906 ਦੇ ਵਿੱਚ ਇਹਦੀ ਮੰਗ ਨੂੰ 1909 ਦੇ ਵਿੱਚ ਮਾਰਲੇ ਮਿੰਟੋ ਰਿਫਾਰਮ ਦੇ ਤਹਿਤ ਮੰਨ ਵੀ ਲਿਆ ਜੀ ਤੇ ਜੇ ਮਜ਼ਾ ਆ ਰਿਹਾ ਤੇ ਇੱਕ ਵਾਰੀ ਯਸਰ ਭੁੱਲ ਕੇ ਲਾਈਕ ਵਾਲਾ ਬਟਨ ਦਬ ਦਿਓ ਜੀ ਇੱਕ ਵਾਰੀ ਲਾਈਕ ਵਾਲਾ ਬਟਨ ਦਬ ਦਿਓ ਅਗਲਾ ਕੁਐਸਚਨ ਦੇਖਦੇ ਹਾਂ ਹੇਠਾਂ ਲਿਖੇ ਵਿੱਚੋਂ ਕਿਸ ਨੇ ਕਿਸ ਦੇਸ਼ ਨੇ ਸਭ ਤੋਂ ਪਹਿਲਾਂ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਪਿਆਰੇ ਦੋਸਤੋ ਸਭ ਤੋਂ ਪਹਿਲਾਂ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਕਿਸ ਦੇ ਦੁਆਰਾ ਦਿੱਤਾ ਗਿਆ ਪਿਆਰੇ ਦੋਸਤੋ ਦਿਓ ਜੀ ਜਰਾ ਜਵਾਬ ਇਸ ਸਵਾਲ ਦਾ ਕੀ ਆਏਗਾ ਆਸਟ੍ਰੇਲੀਆ ਫਰਾਂਸ ਯੂਕੇ ਯੂਐਸਏ ਮੋਨੀਟਰ ਸਾਹਿਬ ਸੌਰੀ ਫॉर ਲੇਟ ਭਾਈ ਲੇਟ ਨਹੀਂ ਆ ਜੀ ਘੋਰ ਲੇਟ ਆਇਦਾ 31 ਮਿੰਟ ਹੋ ਗਏ ਕਲਾਸ ਚੱਲਦੀ ਨੂੰ ਭਾਈ ਹੈ ਕੀ ਆਏਗਾ ਜੀ ਇਹਦਾ ਉੱਤਰ ਦੇਖੋ ਜੀ ਇਸ ਕੁਸ਼ਨ ਦਾ ਆਨਸਰ ਜਿਹੜਾ ਅਕੋਰਡਿੰਗ ਟੂ ਦਾ ਆਪਸ਼ਨ ਹੋਏਗਾ ਅਕੋਰਡਿੰਗ ਟੂ ਦਾ ਆਪਸ਼ਨ ਕਿਦਾਂ ਹੋਏਗਾ ਪਹਿਲੀ ਜਿਹੜੀ ਪਹਿਲਾ ਜਿਹੜਾ ਦੇਸ਼ ਸੀ ਪਿਆਰੇ ਦੋਸਤੋ ਜਿਨੇ ਕੀ ਕੀਤਾ ਜੀ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਉਹ ਪਹਿਲਾ ਦੇਸ਼ ਸੀ ਜੀ ਨਿਊਜ਼ੀਲੈਂਡ ਕਿਹੜਾ ਦੇਸ਼ ਸੀ ਪਿਆਰੇ ਬੱਚੋ ਨਿਊਜ਼ੀਲੈਂਡ ਪਿਆਰੇ ਦੋਸਤੋ ਨਿਊਜ਼ੀਲੈਂਡ ਮੁਲਕ ਸੀ ਜਿਨੇ ਪਹਿਲੀ ਵਾਰ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ 19 1893 ਦੇ ਵਿੱਚ 1893 ਦੇ ਦਿੱਤਾ ਪਹਿਲੀ ਕੰਟਰੀ ਨਿਊਜ਼ੀਲੈਂਡ ਆ ਪਰ ਨਿਊਜ਼ੀਲੈਂਡ ਤਾਂ ਆਪਸ਼ਨ ਦੇ ਵਿੱਚ ਨਹੀਂ ਹੈ ਫਿਰ ਦੂਜੀ ਕੰਟਰੀ ਕਿਹੜੀ ਬਣੀ ਸੀ ਬੱਚੋ ਆਸਟ੍ਰੇਲੀਆ ਬਣੀ ਸੀ ਜੀ ਦੂਜੀ ਕੰਟਰੀ ਕਿਹੜੀ ਸੀ ਜਿਨੇ ਵੋਟਾਂ ਪਾਉਣ ਦਾ ਅਧਿਕਾਰ ਦਿੱਤਾ ਔਰਤਾਂ ਨੂੰ ਇਹ ਬਣੀ ਸੀ ਬੱਚੋ ਆਸਟ੍ਰੇਲੀਆ ਸੈਕਿੰਡ ਕੰਟਰੀ ਤੇ ਇੰਡੀਆ ਨੇ ਕਦੋਂ ਵੋਟਾਂ ਪਾਉਣ ਦਾ ਅਧਿਕਾਰ ਦਿੱਤਾ ਔਰਤਾਂ ਨੂੰ ਕੋਈ ਦੱਸ ਸਕਦਾ ਭਾਰਤ ਦੇ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ 1919 ਦੇ ਵਿੱਚ ਮਿਲਿਆ ਜੀ ਕਿਹੜੇ ਸਾਲ ਦੇ ਵਿੱਚ ਮਿਲਿਆ ਪਿਆਰੇ ਦੋਸਤੋ 1919 ਦੇ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਹਿੰਦੁਸਤਾਨ ਦੇ ਵਿੱਚ ਦਿੱਤਾ ਗਿਆ ਜੀ ਅਗਲਾ ਕੁਐਸਚਨ ذرا ਵੇਖਦੇ ਹਾਂ ਜੀ ਸੰਵਿਧਾਨ ਸਭਾ ਨੇ ਰਾਸ਼ਟਰੀ ਗੀਤ ਕਦੋਂ ਅਪਣਾਇਆ ਜੀ ਸੰਵਿਧਾਨ ਸਭਾ ਨੇ ਰਾਸ਼ਟਰੀ ਗੀਤ ਜਿਹੜਾ ਹੈ ਇਹ ਕਦੋਂ ਅਪਣਾਇਆ ਕੀ ਆਊਗਾ ਤੁਹਾਡੇ ਅਕੋਰਡਿੰਗ ਬੱਚੋ ਇਹਦਾ ਤਾਂ ਕੀ ਆਊਗਾ ਜੀ ਦੇਖੋ ਜੀ ਇੱਥੇ ਪਹਿਲਾਂ ਤਾਂ ਆਪਾਂ ਥੋੜਾ ਜਿਹਾ ਗਲਤੀ ਨੂੰ ਠੀਕ ਕਰੀਏ ਅੱਜ ਭਾਈ ਆ ਮਦਰ ਤੰਗ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਅੱਜ ਪਤਾ ਤੁਹਾਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਆ ਤੇ ਮੇਰੀ ਮਾਂ ਬੋਲੀ ਭਾਈ ਕੁਐਸਚਨ ਚ ਗਲਤ ਲਿਖੀ ਪਈ ਆ ਮੈਂ ਠੀਕ ਕਰਦਾ ਇੱਕ ਵਾਰੀ ਠੀਕ ਆ ਜੀ ਤੇ ਇਹ ਰਾਸ਼ਟਰੀ ਗੀਤ ਨਹੀਂ ਹੁੰਦਾ ਜੀ ਇਹ ਰਾਸ਼ਟਰੀ ਗਾਣ ਹੁੰਦਾ ਪਿਆਰੇ ਦੋਸਤੋ ਇਹ ਕਿਉਂ ਹੁੰਦਾ ਜੀ ਰਾਸ਼ਟਰੀ ਗਾਣ ਹੁੰਦਾ ਜੀ ਤੇ ਰਾਸ਼ਟਰੀ ਗਾਣ ਜਿਹੜਾ ਸਾਡੇ ਦੇਸ਼ ਦਾ ਜਿਹੜਾ ਜਨ ਗਣ ਮਨ ਹੈ ਉਹ ਅਸੀਂ ਅਪਣਾਇਆ ਬੱਚੋ 24 ਜਨਵਰੀ 1950 ਨੂੰ 24 ਜਨਵਰੀ 1950 ਨੂੰ ਜਿਹੜਾ ਜਨ ਗਣ ਮਨ ਹੈ ਉਹ ਨੈਸ਼ਨਲ ਐਂਥਮ ਆ ਜੀ ਸਾਡੇ ਦੇਸ਼ ਦਾ ਉਹ ਲਿਖਿਆ ਕਿਹਦੇ ਦੁਆਰਾ ਗਿਆ ਜੀ ਰਵਿੰਦਰਨਾਥ ਟੈਗੋਰ ਦੇ ਦੁਆਰਾ ਪਹਿਲੀ ਵਾਰ ਗਾਇਆ ਕਦੋਂ ਗਿਆ ਪਿਆਰੇ ਦੋਸਤੋ ਇਹ ਪਹਿਲੀ ਵਾਰ ਗਾਇਆ ਗਿਆ ਸਾਡੇ ਦੇਸ਼ ਦੇ ਵਿੱਚ 1911 ਦੇ ਵਿੱਚ ਪਹਿਲੀ ਵਾਰ ਜਨ ਗਣ ਮਨ ਗਾਇਆ ਗਿਆ ਜਨ ਗਣ ਮਨ ਐਕਚੁਅਲ ਦੇ ਵਿੱਚ ਇੱਕ ਕਵਿਤਾ ਨਹੀਂ ਸੀ ਇੱਕ ਗੀਤ ਨਹੀਂ ਸੀ ਕੁਝ ਨਹੀਂ ਸੀ ਇੱਕ ਗੀਤ ਸੀ ਜਿਹਦਾ ਨਾਮ ਸੀ ਭਾਰਤ ਭਾਗਿਆ ਵਿਧਾਤੋ ਭਾਰਤ ਭਾਗਿਆ ਵਿਧਾਤੋ ਬੰਗਾਲੀ ਪਾਸ਼ਾ ਦੇ ਵਿੱਚ ਇੱਕ ਗੀਤ ਲਿਖਿਆ ਗਿਆ ਸੀ ਜੀ ਬੰਗਾਲੀ ਭਾਸ਼ਾ ਦੇ ਵਿੱਚ ਇੱਕ ਗੀਤ ਲਿਖਿਆ ਗਿਆ ਸੀ ਭਾਰਤ ਭਾਗਯ ਵਿਦਾਤੋ ਉਸ ਗੀਤ ਦੇ ਪਹਿਲੇ ਦੋ ਪੈਰੇ ਜਿਹੜੇ ਸਨ ਉਹ ਪਹਿਲੇ ਦੋ ਬਹਿਰਿਆਂ ਨੂੰ ਸਾਡੇ ਭਾਰਤ ਦਾ ਕੀ ਬਣਾ ਦਿੱਤਾ ਗਿਆ ਰਾਸ਼ਟਰੀ ਗਾਣ ਬਣਾ ਦਿੱਤਾ ਗਿਆ ਪਿਆਰੇ ਦੋਸਤੋ ਤੇ ਇਹ ਰਾਸ਼ਟਰੀ ਗਾਣ 24 ਜਨਵਰੀ 1950 ਨੂੰ ਸੀ ਅਡਾਪਟ ਕਰ ਲਿਆ 48 ਤੋਂ 52 ਸਕਿੰਟਾਂ ਦੇ ਵਿੱਚ ਵਿੱਚ ਇਹ ਗਾਇਆ ਜਾਂਦਾ ਇਹ ਗੱਲ ਯਾਦ ਰੱਖਿਓ ਤੇ ਅਗਲਾ ਕੁਐਸਚਨ ਜਰਾ ਆਪਾਂ ਮੂਵ ਆਨ ਕਰਦੇ ਹਾਂ ਅਗਲਾ ਸਵਾਲ ਇਨ੍ਹਾਂ ਵਿੱਚੋਂ ਕਿਸ ਨੂੰ ਸਿਪਲੇ ਸਾਰ ਕਿਹਾ ਜਾਂਦਾ ਜੀ ਇਹਨਾਂ ਦੇ ਵਿੱਚੋਂ ਕਿਸ ਨੂੰ ਸਿਪਲ ਇਸਾਰ ਬੋਲਿਆ ਜਾਂਦਾ ਖਿਲਤ ਤੁਮਿਸ਼ ਆਰਾਮ शाह ਕੁਤਬਦੀਨ ਐਬਕ ਜਾਂ ਲਾਉਦਨ ਖਿਲਜੀ ਸਾਡੇ ਪਿੰਡਾਂ ਮੰਨੇ ਇੱਕ ਹਹਾਵਤ ਆ ਜੀ ਉਹ ਹਹਾਵਤੇ ਆ ਵੀ ਕੁੱਤੇ ਨੂੰ ਕਿਉਂ ਹਜਮ ਨਹੀਂ ਹੁੰਦਾ ਸਾਡੇ ਪਿੰਡਾਂ ਮੰਨੀ ਬੋਲਦੇ ਹੁੰਦੇ ਵੀ ਕੁੱਤੇ ਨੂੰ ਕਿਉਂ ਹਜਮ ਨਹੀਂ ਹੁੰਦਾ ਜੇ ਕੁੱਤੇ ਨੂੰ ਕਿਉਂ ਬਾੜਾ ਖਵਾ ਦੋਗੇ ਨਾ ਬਾੜਾ ਕੀ ਥੋੜਾ ਹੀ ਖਵਾ ਦੋਗੇ ਜਾਂ ਤਾਂ ਪਈਓ ਉਲਟੀ ਕਰ ਦੂਗਾ ਜਾ ਭਾਈ ਉਹ ਟੱਟੀਆਂ ਲੱਗ ਜਾਣਗੀਆਂ ਉਹਨੂੰ ਪਚੌਂਦਾ ਨਹੀਂ ਕੁੱਤਾ ਕਿ ਹੋਏ ਗੱਲ ਪੱਕੀ ਹੁੰਦੀ ਹੈ ਜੀ ਠੀਕ ਹੈ ਤੇ ਹੁਣ ਜੇ ਕਿਸੇ ਬੰਦੇ ਨੂੰ ਉਹਦੀ ਔਕਾਤ ਤੋਂ ਜ਼ਿਆਦਾ ਦੇ ਦਿੱਤਾ ਜਾਊਗਾ ਨਾ ਪੱਚਦਾ ਉਹਦੇ ਤੋਂ ਵੀ ਨਹੀਂ ਇਹ ਵੀ ਗੱਲ ਪੱਕੀ ਹੈ ਜੀ ਹੈ ਪੱਚਦਾ ਫਿਰ ਉਹਦੇ ਤੋਂ ਵੀ ਨਹੀਂ ਜਿਹੜਾ ਆ ਬੰਦਾ ਨਾ ਜਿਹੜਾ ਆ ਬੰਦਾ ਥੱਲੇ ਨਾਮ ਲਿਖਿਆ ਪਿਆ ਜੀ ਦਾ ਕਤਬਦੀਨ ਆਯਬਕ ਇਹ ਸੀਗਾ ਭਾਈ ਗੁਲਾਮ ਕਿਹਦਾ ਜੀ ਮੁਹੰਮਦ ਗੋਰੀ ਦਾ ਮੁਹੰਮਦ ਗੋਰੀ ਦਾ ਸੀ ਗੁਲਾਮ ਇਹਦੇ ਕੋਲੇ ਪਲੱਸ ਪੁਆਇੰਟ 1 ਸੀ ਰੰਗ ਦਾ ਗੋਰਾ ਸੀ ਉੱਚਾ ਲੰਬਾ ਕੱਦ ਸੀ ਤੇ ਮੁਹੰਮਦ ਗੋਰੀ ਦੀ ਕੁੜੀ ਨਾਲ ਭਾਈ ਕਿਤੇ ਗਾਠ ਹੀ ਪਾ ਲਿਆ ਨੇ ਆਪਦੇ ਰਾਜੇ ਦੀ ਕੁੜੀ ਦੇ ਨਾਲ ਤੇ ਕੁਦਰਤੀ ਹੋਇਆ ਇਹ ਰਾਜਾ ਵੀ ਮਰ ਗਿਆ ਭਾਈ ਜਦੋਂ ਰਾਜਾ ਮਰ ਗਿਆ ਤੇ ਰਾਜੇ ਦੀ ਕੁੜੀ ਨਾਲ ਕਰਾ ਗਿਆ ਮਾਂ ਦਾ ਪੁੱਤ ਵਿਆਹ ਜਦੋਂ ਭਾਈ ਵਿਆਹ ਕਰਾ ਗਿਆ ਤੇ ਰਾਜਾ ਵੀ ਇਹੀ ਬਣ ਗਿਆ ਜਦੋਂ ਰਾਜਾ ਬਣ ਗਿਆ ਫਿਰ ਗੱਲ ਯਾਦ ਰੱਖਿਓ ਜੀ ਕੁੱਤੇ ਦੇ ਘਿਓ ਹਜਮ ਨਹੀਂ ਆਉਂਦਾ ਇਹ ਤਾਂ ਗੁਲਾਮ ਸੀ ਇਹਨੂੰ ਰਾਜੇ ਵਾਲੀ ਗੱਦੀ ਕਿੱਥੇ ਅਜਮ ਆਉਂਦੀ ਆ ਇਹ ਮਾਂ ਦਾ ਪੁੱਤ ਘੋੜੇ ਤੇ ਚੜ ਕੇ ਗੇੜੇ ਦਿੰਦਾ ਫਿਰਦਾ ਸੀ ਘੋੜੇ ਤੋਂ ਡਿੱਕੀ ਮਰ ਗਿਆ ਘੋੜੇ ਤੋਂ ਡਿੱਕੇ ਹੀ ਮਰ ਗਿਆ ਸੱਚੀ ਕਹਾਣੀ ਆ ਜੀ ਇਤਿਹਾਸ ਪੜਿਓ ਕਤਬ ਦੀ ਨਾਇਬਕ ਜਿਹੜਾ ਸੀ ਇਹਨੂੰ ਸਿਪਲੇਸਾਰ ਬੋਲਿਆ ਜਾਂਦਾ ਸੀ ਇਹਨੂੰ ਲਾਖ ਬਖਸ਼ ਕਹਿੰਦੇ ਹੁੰਦੇ ਸੀ ਕੀ ਬੋਲਦੇ ਸੀ ਬੱਚੋ ਲਾਖ ਬਖਸ਼ ਇਹਨੂੰ ਬੋਲਦੇ ਸੀ ਪੀਲ ਬਖਸ਼ ਇਹਨੇ ਇੱਕ ਵਾਰੀ ਹਾਥੀ ਦਾਨ ਕਰ ਦਿੱਤਾ ਸੀ ਇਹਨੂੰ ਤਾਂ ਕਹਿੰਦੇ ਸੀ ਬੱਚੋ ਪੀਲ ਬਖਸ਼ ਇਹਨੂੰ ਪੂਰੀ ਕੁਰਾਨ ਯਾਦ ਸੀ ਕੁਰਾਨ ਸ਼ਰੀਫ ਯਾਦ ਸੀ ਇਹਨੂੰ ਕੁਰਾਨ ਖਾਂ ਵੀ ਬੋਲਦੇ ਸੀ ਪਿਆਰੇ ਦੋਸਤੋ ਇਹ ਸਾਰੇ ਨਾਮ ਇਸੇ ਦੇ ਆ ਜੀ ਇਹਨੇ ਸੁਲਤਾਨ ਦਾ ਟਾਈਟਲ ਨਹੀਂ ਤਾਰਨ ਕੀਤਾ ਤੇ ਘੋੜੇ ਛੋਟੇ ਕੇ ਮਾਂ ਦਾ ਪੁੱਤ ਮਰ ਗਿਆ ਪੋਲੋ ਖੇਡਦਾ ਫਿਰਦਾ ਸੀ ਪੋਲੋ ਹੂੰ ਥੋੜੇ ਚੋ ਵੀ ਕਈ ਜਣੇ ਘੋੜਿਆਂ ਦੇ ਸ਼ੌਂਕੀ ਹੋਣੇ ਤੇ ਇਹਦੀ ਕਹਾਣੀ ਜ਼ਰੂਰ ਪੜ ਲਿਓ ਭਾਈ ਇਹ ਘੋੜੇ ਤੋਂ ਤਾਂ ਤੋਂ ਡਿੱਗ ਗਿਆ ਥੱਲੇ ਤੇ ਘੋੜੇ ਨੇ ਇੱਥੇ ਜੇ ਪੈਰ ਰੱਖਤਾ ਸਪਾਈਨਲ ਕੋਰਟ ਤੇ ਤੇ ਘੋੜਾ ਹੋ ਜਾਂਦਾ ਫਿਰ ਲੱਭਦਾ ਫਿਰ ਸਾਰਾ ਟੱਬਰ ਵੀ ਕਿੱਧਰ ਗਿਆ ਹੋਏ ਇਹ ਮਰ ਗਿਆ ਮਾਂ ਦਾ ਪੁੱਤ ਚਲੋ ਜੀ ਅਗਲਾ ਕੁਐਸਚਨ ਵੇਖਦੇ ਆ ਅਗਲਾ ਸਵਾਲ ਪਿਆਰੇਆ ਦੋਸਤੋ ਇਹਨਾਂ ਵਿੱਚੋਂ ਕਿਹੜਾ G20 ਦਾ ਮੈਂਬਰ ਨਹੀਂ ਹੈ ਜੀ G20 ਬੋਲਤਾ ਸਾਰੀ G7 ਜੀ 7 ਦਾ ਮੈਂਬਰ ਕਿਹੜਾ ਨਹੀਂ ਹੈ ਜੀ ਅਮਨ ਰਾੜਾ ਸਰ ਬਹੁਤ ਵਧੀਆ ਟੀਚਿੰਗ ਕਰਦੇ ਹੋ ਤੁਸੀਂ ਗੋਡ ਬlesਸ ਯੂ ਲਾਟਸ ਆਫ ਹੈਪੀਨੈਸ ਇਹ ਦੂਬਾ ਬੜਾ ਬੱਡਾ ਨਾਂ ਲਿਖਿਆ ਹੈ ਰੰਗਰੇਜੀ ਜੀ ਮੈਨੂੰ ਸਮਝ ਨਹੀਂ ਆ ਰਿਹਾ ਇਹਨਾਂ ਕੀ ਲਿਖਿਆ ਚਲੋ ਕੋਈ ਨਾ ਥੈਂਕ ਯੂ ਜੀ ਵਧੀਆ ਲਿਖਿਆ ਨਾ ਥੈਂਕ ਯੂ ਥੈਂਕ ਯੂ ਅਨ ਬਾਕੀ ਲੈਣਾ ਉਸ ਵਧੀਆ ਸੀ ਤੋ ਉਹ ਐਂਡ ਵਾਲਾ ਸ਼ਬਦ ਵੀ ਵੱਡਾ ਸਾਰਾ ਜਿਵੇਂ ਲਿਖਿਆ ਵਧੀਆ ਹੀ ਹੋਣਾ ਚਲੋ ਇਹਨਾਂ ਵਿੱਚੋਂ ਜੀ 7 ਦਾ ਮੈਂਬਰ ਕਿਹੜਾ ਨਹੀਂ ਹੈ ਜੀ ਇਹਨਾਂ ਦੇ ਵਿੱਚੋਂ ਬੱਚੋ ਜੀ 7 ਦਾ ਮੈਂਬਰ ਆਸਟ੍ਰੇਲੀਆ ਨਹੀਂ ਹੈ ਜੀ ਜੀ 7 ਦੇ ਵਿੱਚ ਕਿਹੜੇ ਕਿਹੜੇ ਦੇਸ਼ ਆਉਂਦੇ ਆ ਪਿਆਰੇ ਦੋਸਤੋ ਜੀ 7 ਦੇ ਵਿੱਚ ਸਾਡੇ ਕੋਲੇ ਆਉਂਦਾ ਜੀ ਯੂ ਐਸ ਏ ਯੂ ਐਸ ਏ ਜਰਮਨੀ ਫਰਾਂਸ ਜਪਾਨ ਇਟਲੀ ਯੂ ਕੇ ਤੇ ਲੈ ਜਾਏ ਉੱਥੇ ਜਿੱਥੇ ਪੈਂਦੀ ਏ ਸਨੋਵੇ ਲੈ ਜਾਏ ਉੱਥੇ ਜਿੱਥੇ ਪੈਂਦੀ ਏ ਸਨੋਵੇ ਕਿੱਥੇ ਪੈਂਦੀ ਆ ਭਾਈ ਕੈਨੇਡਾ ਚ ਪੈਂਦੀ ਆ ਜੀ ਸਨੋ ਉਹ ਕਹਿੰਦੇ ਨੇ ਉਹ ਤੇ ਗੀਤਾਂ ਵਾਲੇ ਲੈ ਜਾਏ ਉੱਥੇ ਜਿੱਥੇ ਪੈਂਦੀ ਏ ਸਨੋ ਵੇ ਸਨੋ ਕਿੱਥੇ ਕੈਨੇਡਾ ਤੇ ਆ ਸੱਤ ਨੇ ਭਾਈ ਜੀ 7 ਦੇ ਮੈਂਬਰ ਇਹਦਾ ਸਕਰੀਨਸ਼ਾਟ ਮਾਰ ਸਕਦੇ ਹੋ ਤੇ ਨੈਕਸਟ ਕੁਐਸਚਨ ਦੇ ਵੱਲ ਮੂਵ ਔਨ ਕਰਦੇ ਆ ਕਵੀਸ਼ਰੀ ਦਾ ਰਾਜਾ ਕਿਸ ਨੂੰ ਕਿਹਾ ਜਾਂਦਾ ਪਿਆਰੇ ਦੋਸਤੋ ਕਵੀਸ਼ਰੀ ਦਾ ਰਾਜਾ ਕਿਸ ਨੂੰ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਰਹਿੰਦਾ ਤੇ ਉਹਨੇ ਕਦੇ ਸਕੂਲਾਂ ਆ ਕੇ ਗੰਡਿਆਂ ਦੇ ਵਿੱਚ ਮੱਖਣੀ ਪਾ ਕੇ ਰੋਟੀ ਨਹੀਂ ਖਾਧੀ ਤਾਂ ਉਹਨੂੰ ਪੰਜਾਬੀ ਨਾ ਗਿਣਿਓ ਜਿਹੜਾ ਪੰਜਾਬ 'ਚ ਰਹਿੰਦਾ ਤੇ ਬਾਟੀ 'ਚ ਉਹਨੇ ਚਾਹ ਨਹੀਂ ਪੀਤੀ ਕਾਲਜ 'ਚ ਚਾਹ ਨਹੀਂ ਪੀਤੀ ਉਹਨੂੰ ਪੰਜਾਬੀ ਨਾ ਗਿਣਿਓ ਜਿਹੜਾ ਪੰਜਾਬ ਦੇ ਵਿੱਚ ਰਹਿੰਦਾ ਤੇ ਗੰਡਾ ਉਹਨੇ ਪਾਈ ਬਿਨਾ ਚਾਕੂ ਤੇ ਮੁੱਕੀ ਮਾਰ ਕੇ ਨਹੀਂ ਪੰਨਿਆ ਉਹਨੂੰ ਪੰਜਾਬੀ ਨਾ ਗਿਣਿਓ ਤੇ ਜਿਹੜਾ ਪੰਜਾਬ 'ਚ ਰਹਿੰਦਾ ਤੇ ਉਹਨੇ ਕਵਿਸ਼ਰੀ ਨਹੀਂ ਸੁਣੀ ਪੰਜਾਬੀ ਵੀਰ ਉਹਨੂੰ ਵੀ ਨਾ ਗਿਣਿਓ ਕਵਿਸ਼ਰੀ ਸਮਝਦੇ ਹੋ ਕੀ ਹੁੰਦਾ ਕਵਿਸ਼ਰੀ ਕਵਿਸ਼ਰੀ ਦਾ ਕਿੰਗ ਕਿਹਨੂੰ ਕਹਾ ਜਾਂਦਾ ਪਤਾ ਕਵਿਸ਼ਰੀ ਦਾ ਕਿੰਗ ਕਹਾ ਜਾਂਦਾ ਬਾਬੂ ਰਜਵਲੀ ਜੀ ਨੂੰ ਬਾਬੂ ਰਜਵਲੀ ਨੇ ਈ ਤਕੜੀ ਤਕੜੀ ਕਵਿਸ਼ਰੀ ਲਿਖੀ ਹੈ ਵੀ ਜਦੋਂ ਸੁਣਦੇ ਆ ਨਾ ਤੇ ਮਾਰੇ ਧੀਰੇ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਉੱਤੋਂ ਦੀ ਕੀ ਹੋ ਗਿਆ ਏ ਉੱਤੋਂ ਦੀ ਲੰਘ ਜਾਂਦੀ ਆ ਭਾਈ ਸੁਣੀਏ ਕਿਤੇ ਬਾਬੇ ਬਾਬੂ ਰਜਵਲੀ ਦੀ ਕਵਿਸ਼ਰੀ ਸਾਡੇ ਪਿੰਡਾਂਵਾਂ ਦੀਆਂ ਕਹਾਣੀਆਂ ਲਿਖੀਆਂ ਹੋਈਆਂ ਨੇ ਤੁੰਗ ਵਾਲੀ ਨਾਂਗੇ ਫੂਸ ਮੰਡੀ ਦੇ ਕਮਾਊ ਲੋਕ ਗਹਿਰੀ ਵਿੱਚ ਜਹਰੀ ਤੇ ਘਲੋਟੇ ਵਾਲੇ ਜੱਸੀ ਦੇ ਕੱਚੀ ਪੁੱਚੋ ਭਾਈ ਕਾਕਾ ਸ਼ਹਰਾਂ ਤੇ ਜੋਰ ਵਾਲਾ ਭਾਗੂ ਦੇ ਰੁੱਖੇ ਜੇ ਲੋਕ ਦੱਸੀ ਦੇ ਬੀਬੀ ਵਾਲਾ ਦੁੱਧ ਵਾਲਾ ਵੇਚਦਾ ਬਾਜ਼ਾਰ ਵਿੱਚ ਸ਼ਮੀਰਕਾਰ ਬਹਿਲਾਂ ਦੇ ਪਿਆਗ ਮੈਨੇ ਲੱਸੀ ਦੇ ਰਾਜਬਲੀ ਸੱਤ ਲੈਣਾ ਪੈਂਦੀਆਂ ਬਠਿੰਡੇ ਵਿੱਚ ਰੌਣਕ ਹੋ ਜਾਂਦੀ ਜੋ ਪੰਬੌਰ ਸਹਿਰ ਸੱਸੀ ਦੇ ਰਾਜਬਲੀ ਸੱਤ ਲੈਣਾ ਪੈਂਦੀਆਂ ਬਠਿੰਡੇ ਵਿੱਚ ਰੌਣਕ ਹੋ ਜਾਂਦੀ ਜੋ ਪੰਬੌਰ ਸਹਿਰ ਸੱਸੀ ਦੇ ਇਹਨਾਂ ਦਾ ਨਾ ਸਾਹੋ ਕੇ ਪਿੰਡ ਸੀ आई थिंक मैं गलत ना हो तो फरीदकोट जिले ਦੇ ਵਿੱਚ ਹੈ ਨਾ ਫਰੀਦਕੋਟ ਜ਼ਿਲ੍ਹੇ ਚ ਸ਼ਾਇਦ ਸਾਹੋ ਕੇ ਪਿੰਡ ਤੇ ਬਾਬੂ ਰਜਬਰੀ ਨੇ ਲਿਖਿਆ ਹੋਇਆ ਸੂਰਮੇ ਦੀ ਹਾਨੀ ਹੋ ਜੇ ਹੋਛਾ ਜੇ ਗਿਆਨੀ ਹੋ ਜੇ ਆਗੂ ਜੇ ਜਨਾਨੀ ਹੋ ਜੇ ਉਹਨਾਂ ਕੁਲੀ ਵਸਦੀ ਘਰ ਕਮਜ਼ੋਰ ਹੋ ਜੇ ਪੁੱਤ ਨੇ ਲੰਡੋਰ ਹੋ ਜੇ ਜੇ ਸਿਆਣੂ ਚੋਰ ਹੋ ਜੇ ਪੁਲਿਸ ਰੋਜ ਤਸ ਦੀ ਮੌਤ ਜੇ ਵਿਆਹ ਚ ਹੋ ਜੇ ਮੀਂਹ ਚੜੀ ਜੇ ਰਾਚ ਹੋ ਜੇ ਜੇ ਜਵਾਕ ਰਾਚ ਹੋ ਜੇ ਦੁਖੀ ਜਾਨ ਫਸਦੀ ਇਹ ਸਾਰੀਆਂ ਚੀਜ਼ਾਂ ਨੇ ਨਹਿਰ ਨਵਾਰਮ ਚੰਗੀ ਚਾਹ ਚੱਕੀ ਗਰਮ ਚੰਗੀ ਬੇਟੀ ਨੂੰ ਸ਼ਰਮ ਜੂਤ ਪੈਂਦੇ ਰਹਿਣ ਗੋਲੇ ਨੂੰ ਗੁੜ ਚੰਗਾ ਮਹਿਰੇ ਨੂੰ ਸੁਜਾਗ ਚੰਗਾ ਪਹਿਰੇ ਨੂੰ ਮਸਾਲਾ ਚੰਗਾ ਟਹਿਰੇ ਨੂੰ ਬਨੋਲੇ ਚੰਗੇ ਖੋਲੇ ਨੂੰ ਨਗਰ ਆਬਾਦ ਤੇ ਕਮਾਦ ਵਿੱਚ ਖਾਦ ਚੰਗਾ ਅੜਬ ਸਿਪਾਈ ਚੰਗਾ ਅੜਬਾਂ ਦੇ ਟੋਲੇ ਨੂੰ ਲਓ ਜੀ ਅੰਤਰਰਾਸ਼ਟਰੀ ਸਾਖਰਤਾ ਦਿਵਸ ਕਦੋਂ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਸਾਖਰਤਾ ਦਿਵਸ ਕਦੋਂ ਮਨਾਇਆ ਜਾਂਦਾ ਪਿਆਰੇ ਦੋਸਤੋ 8 ਮਾਰਚ ਨੂੰ 8 ਸੈਪਟੈਂਬਰ ਨੂੰ 8 ਨਵੰਬਰ ਨੂੰ ਜਾਂ ਫਿਰ 8 ਅਗਸਤ ਨੂੰ ਪਿਆਰੇ ਦੋਸਤੋ ਇੱਕ ਵਾਰੀ ਲਾਈਕ ਵਾਲਾ ਬਟਨ ਦਬਾ ਦਿਓ ਜੀ ਕਹਿੰਦੇ ਮਤਲਬ ਨਹੀਂ ਸਮਝ ਆਇਆ ਸੋਣਾ ਲੱਗ ਰਿਆ ਸੀ ਸਰ ਜਦੋਂ ਬੋਲ ਰੇ ਸੀ ਮੈਂ ਪਹਿਲਾਂ ਹੀ ਕਿਹਾ ਨਾ ਨਹੀਂ ਹੁੰਦਾ ਮਤਲਬ ਸਮਝ ਬਹੁਤ ਘੱਟ ਹੁੰਦਾਗਾ ਉੱਪਰ ਦੀ ਲੰਘੀ ਜੀ ਮੈਂ ਪਹਿਲਾਂ ਹੀ ਕਿਹਾ ਉਤੋਂ ਨਹੀਂ ਲੰਘੂ ਕਹਿੰਆਂ ਦੇ ਲੰਘੂ ਇੱਕ ਅੱਦੇ ਤੇ ਕੀ ਆਪਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਸੁਣ ਲੈਨੇ ਆ ਆਪਾਂ ਨੂੰ ਪਤਾ ਨਹੀਂ ਹੁੰਦਾ ਨਾ ਮਤਲਬ ਕੀ ਹੁੰਦਾ ਮੈਂ ਇੱਕ ਵਾਰੀ ਕਲਾਸ ਦੇ ਵਿੱਚ ਗੱਲ ਕਰ ਰਹਾ ਸੀ ਪੇੜ ਕਲਾਸ ਦੇ ਵਿੱਚ ਤੇ ਮੈਂ ਕਿਹਾ ਕਿਸੇ ਨੂੰ ਪਤਾ ਵੀ ਛੱਲੇ ਦੀ ਕਹਾਣੀ ਕੀ ਹੈ ਜਿਹੜਾ ਆਪ ਸੁਣਦੇ ਆ ਨਾ ਵੀ ਅੱਜ ਕੱਲ ਦੇ ਕਲਾਕਾਰ ਹਰੇਕ ਕਲਾਕਾਰ ਦੂਜਾ ਕਲਾਕਾਰ ਤੀਜਾ ਕਲਾਕਾਰ ਗਾਣਾ ਕੱਢ ਦਿੰਦਾ ਜੀ ਛੱਲੇ ਦੇ ਬਾਰੇ ਮੈਂ ਪੁੱਛਿਆ ਮੈਂ ਛੱਲੇ ਬਾਰੇ ਕਿਸੇ ਨੂੰ ਪਤਾ ਮੈਂ ਕਿਹਨੂੰ ਛੱਲੇ ਬਾਰੇ ਪਤਾ ਕਹਿੰਦੇ ਨਾ ਸਰ ਜੀ ਨਹੀਂ ਪਤਾ ਕੀ ਹੈ ਜੀ ਛੱਲਾ ਅਾ ਚੋਨਨਾ ਇੱਕ ਸੱਚਾ ਨਾਹੂ ਜਿਹਨੇ ਗਾਣਾ ਕੱਢਿਆ ਸੀ ਜੀ ਚੋ ਕਹਿੰਦਾ ਸੀ ਛੱਲੇ ਕੀਤੀਆਂ 12 ਮਾਰਦਾ ਪੁੱਠੀਆਂ ਛਾਲਾਂ ਚੰਡੀਗੜ੍ਹ ਪੜਨ ਮੈਂ ਜਾਊ ਡਿਗਰੀਆਂ ਕਰਕੇ ਮੈਂ ਆਉਂ ਬਣੂ ਪਟਵਾਰੀ ਬਾਪੂ ਦੁਨੀਆ ਸਾਰੀ ਝਾਕੂ ਹੈ ਨਾ ਉਹ ਗਾਣਾ ਜਾਂ ਕੱਢਿਆ ਸੀ ਪਰ ਅਸਲ ਦੇ ਵਿੱਚ ਜਿਹੜਾ ਗਰਦਾਸ ਮਾਨ ਨੇ ਛੱਲਾ ਗਾਇਆ ਸੀ ਨਾ ਉਹ ਕਹੇਦੇ ਪੱਲੇ ਹੀ ਨਹੀਂ ਪਿਆ ਹਰੀ ਕੇ ਪੱਤਣ ਦੇ ਵਿੱਚ ਜਿੱਥੇ ਜਾ ਕੇ ਭਾਈ ਸਤਲੋਜ ਤੇ ਵਿਆਹ ਸਾਕੇ ਮਿਲਦੀਆਂ ਨੇ ਨਾ ਹਰੀ ਕੇ ਪੱਤਣ ਉੱਥੇ ਬਹੁਤ ਵੱਡਾ ਪਾਣੀ ਦਾ ਸਰੋਤ ਬਣ ਜਾਂਦਾ ਸੀ ਦੇ ਹਰੀਕੇ ਪੱਤਨ ਦੇ ਇਲਾਕੇ ਦੇ ਵਿੱਚ ਪਾਣੀ ਦਾ ਸਰੋਤ ਪਾਰ ਕਰਕੇ ਦੂਜੇ ਪਿੰਡ ਜਾਣਾ ਪੈਂਦਾ ਸੀ ਤੇ ਜਿਹੜੇ ਭਾਈ ਜਿਹੜੇ ਕਿਸ਼ਤੀ ਚੱਲਦੀ ਸੀ ਨਾ ਪਾਣੀ ਦੇ ਉਹ ਜਿਹਨੂੰ ਬੇੜੀ ਕਹਿੰਦੇ ਆ ਜਿਹੜੇ ਬੇੜੀ ਚਲਾਇਆ ਕਰਦੇ ਸੀ ਜਿਹੜੇ ਬੇੜੀ ਚਲਾਉਂਦੇ ਸੀ ਜਾਂ ਬੇੜੀ ਨੂੰ ਪੂਰਿਆ ਕਰਦੇ ਸੀ ਪੂਰਨਾ ਹੁੰਦਾ ਸੀ ਬੇੜੀ ਨੂੰ ਚਲਾਉਣ ਦਾ ਮਤਲਬ ਬੇੜੀ ਨੂੰ ਪੂਰਨਾ ਉਹ ਇੱਕ ਜੱਲਾ ਹੁੰਦਾ ਸੀ ਭਾਈ ਉਹਨੂੰ ਮਲਾਹ ਬੋਲਦੇ ਹੁੰਦੇ ਸੀ ਮਲਾਹ ਤੇ ਜੱਲੇ ਨਾਮ ਦਾ ਇੱਕ ਮਲਾਹ ਸੀ ਹਰੀਕੇ ਪੱਤਨ ਦੇ ਵਿੱਚ ਤੇ ਜੱਲੇ ਦਾ ਮੁੰਡਾ ਸੀ ਭਾਈ ਛੱਲਾ ਜੱਲੇ ਦਾ ਮੁੰਡਾ ਸੀ ਛੱਲਾ ਇੱਕ ਵਾਰੀ ਜੱਲਾ ਬਿਮਾਰ ਹੋਇਆ ਪਿਆ ਸੀ ਤੇ ਸਵਾਰੀਆਂ ਆ ਗਈਆਂ ਸਵਾਰੀਆਂ ਕਹਿੰਦੀਆਂ ਵੀ ਪਰਲੇ ਪਾਸੇ ਜਾਣਾ ਜੱਲੇ ਨੇ ਮਨ ਕਰਤਾ ਵੀ ਮੈਂ ਤਾਂ ਪਈ ਬਿਮਾਰ ਆ ਤੇ ਛੱਲੇ ਨੇ ਜਿੱਦ ਫੜ ਲਈ ਕਹਿੰਦਾ ਮੈਂ ਲੈ ਜੂੰਗਾ ਬੇੜੀ ਚਾੱਕ ਕੇ ਪਾਈ ਬੇੜੀ ਚਲਾ ਕੇ ਛੱਲਾ ਕਹਿੰਦਾ ਮੈਂ ਲੈ ਜੂੰਗਾ ਛੱਲੇ ਨੇ ਪਾਈ ਸਵਾਰੀਆਂ ਬਿਠਾ ਲੀਆਂ ਤੇ ਬੇੜੀ ਲੈ ਗਿਆ ਤੇ ਰਸਤੇ ਦੇ ਵਿੱਚ ਭਾਈ ਕਿਤੇ ਤੇਜ਼ ਹੋ ਗਿਆ ਪਾਣੀ ਦਾ ਵਹਾ ਤੇ ਭਾਈ ਬੇੜੀ ਵੀ ਡੁੱਬ ਗਈ ਛੱਲਾ ਵੀ ਡੁੱਬ ਗਿਆ ਤੇ ਸਵਾਰੀਆਂ ਵੀ ਡੁੱਬ ਗਈਆਂ ਤੇ ਜੱਲੇ ਦੇ ਛੱਲੇ ਦੇ ਪਿਓ ਜੱਲੇ ਮਲਾ ਨੇ ਖੜ ਕੇ ਉੱਥੇ ਬਾਜ ਮਾਰੀ ਵੀ ਜਾਵੋ ਨਹੀਂ ਕੋਈ ਮੋੜ ਲਿਆਵੋ ਮੇਰੇ ਨਾਲ ਗਿਆ ਅੱਜ ਲੜਕੇ ਕਿ ਅੱਲਾ ਕਰੇ ਮੁੜ ਆਵੇ ਸੋਣਾ ਤੇ ਦੇਵਾ ਜਾਨ ਕਦਮਾਂ ਵਿੱਚ ਧਰ ਕੇ ਕਿ ਅੱਲਾ ਕਰੇ ਮੁੜ ਆਵੇ ਸੋਣਾ ਤੇ ਦੇਵਾ ਜਾਨ ਕਦਮਾਂ ਵਿੱਚ ਧਰ ਕੇ ਇਹ ਜੱਲੇ ਮਲਾ ਦੀ ਕਹਾਣੀ ਲੋਕਾਂ ਨੂੰ ਬਹੁਤ ਘੱਟ ਪਤਾ ਬੱਚਾ ਇਹਦਾ ਉੱਤਰ ਕੀ ਆਏਗਾ ਜੀ 5 ਮਾਰਚ 1931 ਨੂੰ ਗਾਂਧੀ-ਇਰਵਿਨ ਸਮਝੌਤਾ ਹੋਇਆ ਪਿਆਰੇ ਦੋਸਤੋ ਗਾਂਧੀ-ਇਰਵਿਨ ਪੈਕਟ ਲਾਰਡ ਇਰਵਿਨ ਵਿਚਾਰ ਅਤੇ ਮਹਾਤਮਾ ਗਾਂਧੀ ਜੀ ਦੇ ਵਿਚਾਰ ਇੱਕ ਸਮਝੋਤੇ ਹੋਇਆ ਜਿਹਨੂੰ ਗਾਂਧੀ ਰਵਨ ਪੈਕਟ ਕਹਿੰਦੇ ਆ ਪਿਆਰੇ ਦੋਸਤੋ ਇਹ ਕਿੱਥੇ ਹੋਇਆ ਇਹ ਪੂਨਾ ਦੀ ਜਰਵਾੜਾ ਜੇਲ੍ਹ ਦੇ ਵਿੱਚ ਹੋਇਆ ਤੇ ਇਸ ਪੈਕਟ ਤੋਂ ਬਾਅਦ ਮਹਾਤਮਾ ਗਾਂਧੀ ਜੀ ਨੇ ਸੈਕੰਡ ਰਾਉਂਡ ਟੇਬਲ ਕਾਨਫਰੰਸ ਦੇ ਵਿੱਚ ਹਿੱਸਾ ਲਿਆ ਪਿਆਰੇ ਦੋਸਤੋ ਸੈਕੰਡ ਰਾਉਂਡ ਟੇਬਲ ਕਾਨਫਰੰਸ ਦੇ ਵਿੱਚ ਕਿਸ ਨੇ ਹਿੱਸਾ ਲਿਆ ਪਿਆਰੇ ਦੋਸਤੋ ਮਹਾਤਮਾ ਗਾਂਧੀ ਨੇ ਇਸ ਪੈਕਟ ਤੋਂ ਬਾਅਦ ਬਹੁਤ ਵਧੀਆ ਜੀ ਕੀ ਬਾਤ ਹੈ ਅਗਲਾ ਕੁਐਸਚਨ ਜਰਾ ਆਪਾਂ ਵੇਖ ਲੈਣੇ ਆ ਜੀ ਨਜ਼ਰ ਮਾਰ ਕੇ ਭਾਰਤ ਦੀ ਵੰਡ ਦੇ ਖਿਲਾਫ 3 ਜੁਲਾਈ 1947 ਨੂੰ ਕਿਸ ਪਾਰਟੀ ਨੇ ਕਾਲਾ ਦਿਵਸ ਮਨਾਇਆ ਸੀ ਇਸ ਪਾਰਟੀ ਦਾ ਨਾਮ ਦੱਸਣ ਤੋਂ ਪਹਿਲਾਂ ਮੈਂ ਦੋ ਚੀਜ਼ਾਂ ਦੱਸ ਦਿੰਨਾ ਵੀ ਇਹ ਦੋ ਕੁਸ਼ ਇਹਦੇ ਅਨਸਰ ਨੇ ਇਹ ਕੁਐਸਚਨ ਐਕਚੁਅਲ ਦੇ ਵਿੱਚ ਗਲਤ ਬਣਿਆ ਹੋਇਆ ਜੀ ਹਨਾ ਇਹਨੂੰ ਮੈਂ ਠੀਕ ਕਰਨਾ ਚਾਹੁੰਦਾ ਸੀ ਪਰ ਮੈਨੂੰ ਸਮਾਂ ਨਹੀਂ ਲੱਗ ਪਾਇਆ ਪਹਿਲਾਂ ਇਹਨੂੰ ਭੁੱਲੇ ਕੇ ਟਿੱਡੇ ਨੂੰ ਭੁੱਲ ਜਿਓ ਇਹਦਾ ਉੱਤਰ ਇੰਡੀਅਨ ਨੈਸ਼ਨਲ ਕਾਂਗਰਸ ਵੀ ਆ ਜਾਂਦਾ ਹੁੰਦਾ ਇਹਦਾ ਉੱਤਰ ਹਿੰਦੂ ਮਹਾਸਭਾ ਵੀ ਆ ਜਾਂਦਾ ਹੁੰਦਾ ਠੀਕ ਹੈ ਇਸ ਕੁਐਸਚਨ ਨੂੰ ਇਸ ਕਰਕੇ ਮੈਂ ਡਿਲੀਟ ਕਰਨਾ ਚਾਹੂੰਗਾ ਜੀ ਆਪਣੀ ਇਸ ਲਿਸਟ ਦੇ ਵਿੱਚੋਂ ਇਹ ਕੁਐਸਚਨ ਗੜਬੜ ਹੈ ਜੀ ਇਸ ਕੁਐਸਚਨ ਦੇ ਵਾਸਤੇ ਮੈਂ ਮੈਂ ਤੁਹਾਡੇ ਤੋਂ ਮਾਫੀ ਬੱਚੋ ਮੰਗਣਾ ਚਾਹਣਾ ਜੀ ਆਹ ਲਓ ਜੀ ਇਹ ਸਵਾਲ ਦਾ ਤਿਆਰ ਕੀਤਾ ਗਿਆ ਸੀ ਕਿਹਦੇ ਸਮੇਂ ਕਹਿੰਦੇ Hindu ਪੁਨਰਵਿਆਹ ਜਾਨੀ ਕਿ ਬੱਚੋ ਵਿਡੋਰੀ ਮੈਰਿਜ ਐਕਟ ਜਿਹੜਾ ਹੈ ਉਹਦਾ ਖਰੜਾ ਤਿਆਰ ਕੀਤਾ ਗਿਆ ਸੀ ਪਿਆਰੇ ਦੋਸਤੋ ਉਹਦਾ ਖਰੜਾ ਤਿਆਰ ਕੀਤਾ ਗਿਆ ਸੀ ਕਿਹਦੇ ਸਮੇਂ ਪਿਆਰੇ ਦੋਸਤੋ Hindu ਵਿਧਵਾ ਪੁਨਰਵਿਆਹ ਵਿਡੋਰੀ ਮੈਰਿਜ ਐਕਟ ਜਿਹੜੀ Hindu ਔਰਤ ਸੀ ਜੇ ਉਹਦਾ ਘਰ ਵਾਲਾ ਮਰ ਜੇ ਨਾ ਉਹ ਵਿਆਹ ਨਹੀਂ ਕਰਾ ਸਕਦੀ ਜੀ ਅੱਗੇ ਉਹਨੂੰ ਸਾਰੀ ਉਮਰ ਚਿੱਟੇ ਰੰਗ ਦੇ ਕੱਪੜੇ ਪਾ ਕੇ ਤੂਤੀ ਬਾਤੀ ਬਣ ਕੇ ਰਹਿਣਾ ਪਊਗਾ ਜੀ ਤੂਤੀ ਬਾਤੀ ਸਮਝਦੇ ਹੋ ਤੂਤੀ ਬਾਤੀ ਸਮਝਦੇ ਹੋ ਤੂਤੀ ਬਾਤੀ ਕੀ ਹੁੰਦਾ ਜੀ ਐ ਜਿਹਦੇ ਕੰਨਾਂ 'ਚ ਕੁਛ ਨਾ ਹੋਵੇ ਜਿਹੇ ਨੱਕ 'ਚ ਕੁਛ ਨਾ ਪਾਇਆ ਹੋਵੇ ਭਾਈ ਵਿਚਾਰੀਆਂ ਐਵੇਂ ਹੀ ਸਿੰਪਲ ਰਹਿੰਦੀ ਹੋਵੇ ਅੱਜ ਕੱਲ ਤਾਂ ਵੈਸੇ ਕੁੜੀਆਂ ਪੜੀਆਂ ਲਿਖੀਆਂ ਤੂਤੀਆਂ ਬਾਤੀਆਂ ਬਣ ਕੇ ਰਹਿੰਦੀਆਂ ਪਹਿਲਾਂ ਜੇ ਯੁੱਗ ਜੋਗ ਹੁੰਦਾ ਸੀ ਭਾਈ ਕੰਨਾਂ 'ਚ ਪਾਉਣ ਦਾ ਸ਼ੌਂਕ ਹੈ ਨਾ ਨੱਕ 'ਚ ਪਾਉਣ ਦਾ ਸ਼ੌਂਕ ਅੱਜ ਕੱਲ ਤਾਂ ਕੁੜੀਆਂ ਆਪਣੇ ਆਪ ਨੂੰ ਐਵੇਂ ਹੀ ਰੱਖਦੀਆਂ ਐ ਖੋਖੜੀਆਂ ਖੁਸ਼ ਹੋ ਗਈਆਂ ਆ ਨਾ ਸਰ ਕਹ ਰਹੇ ਨੇ ਵੀ ਕੁੜੀਆਂ ਸਿੰਪਲ ਰਹਿੰਦੀਆਂ ਕੋਈ ਸਿੰਪਲ ਸਿੰਪਲ ਨਹੀਂ ਰਹਿੰਦੀਆਂ ਭਾਈ ਹੂੰ ਕੋਈ ਸਿੰਪਲ ਸਿੰਪਲ ਨਹੀਂ ਰਹਿੰਦੀਆਂ ਮੁੰਡੇ ਵਿਚਾਰੇ ਜਾਂਦੇ ਆ ਨਾਈ ਦੀ ਦੁਕਾਨ ਤੇ ਵਾਲ ਬੂਲ ਕਟਾਉਣ ਦਾੜੀ ਦੂੜੀ ਕਟਾਉਣ ਵਾਲ ਬੂਲ ਕਟਾ ਕੇ ਦਾੜੀ ਦੂੜੀ ਕਟਾ ਕੇ ਵਾ ਵਧੀਆ ਸੋਹਣੇ ਜੇ ਬਣ ਕੇ ਨਾ ਆ ਕੇ ਤੇ ਆਉਣ ਸਾਰ ਨਾ ਹੁੰਦੇ ਆ ਕਦੇ ਕੋਈ ਕੁੜੀ ਵੇਖਿਆ ਬਿਊਟੀ ਪਾਰਲਰ ਤੋਂ ਆ ਕੇ ਨਹੁੰਦੀ ਹੈ ਵੀ ਜਿਨੇ ਹੌਣ ਸਾਰੀ ਮੂੰਹ ਤੋਤਾ ਹੋਵੇ ਉਹਨਾਂ ਦਾ ਬਸ ਚਲੇ ਤਿੰਨ ਦਿਨ ਨਾ ਮੂੰਹ ਤੋਣੋ ਫਰੋ ਕੀ ਕਰਨ ਅੱਖਾਂ 'ਚੋਂ ਆਈਲਾਈਨਰ ਜਿਹੰਦਾ ਥਿਲਕੇ ਥੱਲੇ ਆ ਜਾਂਦਾ ਨਾ ਉਹ ਚਲੋ ਇਹਦਾ ਉੱਤਰ ਕੀ ਹੈਗਾ ਲਾਰਡ ਲਾਹੌਰੀ ਆਏਗਾ ਬੱਚੋ ਜਿਹੜਾ ਡਰਾਫਟ ਤਿਆਰ ਕੀਤਾ ਗਿਆ ਸੀ ਉਹ ਲਾਰਡ ਲਾਹੌਰੀ ਦੇ ਟਾਈਮ ਤੇ ਤਿਆਰ ਕੀਤਾ ਗਿਆ ਸੀ ਜਿਹੜਾ ਲਾਗੂ ਕੀਤਾ ਗਿਆ ਸੀ ਐਕਟ ਇਹ ਐਕਟ ਲਾਗੂ ਕੀਤਾ ਗਿਆ ਸੀ ਕੈਨਿੰਗ ਦੇ ਸਮੇਂ ਪਿਆਰੇ ਦੋਸਤੋ ਦੋਵੇਂ ਕੁਐਸਚਨਾਂ ਦੇ ਵਿੱਚ ਫਰਕ ਆ ਥੋੜਾ ਜਿਹਾ ਨਿਗਾ ਮਾਰਿਓ ਅਗਲਾ ਸਵਾਲ ਜਰਾ ਵੇਖਦੇ ਆ ਭਾਰਤੀ ਰਾਸ਼ਟਰੀ ਕਾਂਗਰਸ ਇੱਕ ਭੀਖ ਮੰਗਣ ਵਾਲੀ ਸੰਸਥਾ ਹੈ ਭਾਰਤੀ ਰਾਸ਼ਟਰੀ ਕਾਂਗਰਸ ਇੱਕ ਭੀਖ ਮੰਗਣ ਵਾਲੀ ਸੰਸਥਾ ਹੈ ਪਿਆਰੇ ਦੋਸਤੋ ਇਹ ਕਿਸ ਦੇ ਦੁਆਰਾ ਬੋਲੀ ਗਈ ਹੈ ਗੱਲ ਇਹ ਗੱਲ ਕਿਸ ਦੇ ਦੁਆਰਾ ਬੋਲੀ ਗਈ ਹੈ ਲਾਰਡ ਡਫਰਨ ਲਾਰਡ ਕਰਜਨ ਅਰਬਿੰਦੋ ਘੋਸ਼ ਜਬਾਲ ਗੰਗਾਧਰ ਤਿਲਕ ਪਿਆਰੇ ਦੋਸਤੋ ਬਾਲ ਗੰਗਾਧਰ ਤਿਲਕ ਕਿਸ ਦੇ ਦੁਆਰਾ ਬੋਲੀ ਗਈ ਹੈ ਪਿਆਰੇ ਦੋਸਤੋ ਜਲਦੀ ਨਾਲ ਇਸ ਸਵਾਲ ਦਾ ਜਵਾਬ ਦਿਓ ਜੀ ਕਰੋ ਕਰੋ ਅਨਸਰ ਕਰੋ ਸ਼ਾਬਾਸ਼ 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 ਮਰਨਾਂ ਮੰਡੇ ਖੁਸ਼ ਹੋਏ ਪਏ ਆ ਵੀ ਸਰ ਨੇ ਅੱਜ ਤਾਂ ਪਹਿਲੀ ਵਾਰ ਸਾਡੀ ਜਿੱਤ ਰੱਖੀ ਹੈ ਨਹੀਂ ਅੱਜ ਤੱਕ ਸਾਨੂੰ ਗਾਲਾਂ ਹੀ ਮਿਲੀਆਂ ਅੱਜ ਸਰ ਨੇ ਨਜ਼ਾਰਾ ਦਿੱਤਾ ਨਹੀਂ ਯਾਰ ਸੱਚੀ ਗੱਲ ਆ ਸਹੀ ਗੱਲ ਆ ਤੁਹਾਨੂੰ ਪਤਾ ਆ ਸ਼ੇਰ ਜਿਹੜੇ ਸ਼ੇਰ ਹੁੰਦੇ ਆ ਸ਼ੇਰ ਉਹ ਕਿੰਨੇ ਸੋਹਣੇ ਹੁੰਦੇ ਆ ਹਨਾ ਉਹਨਾਂ ਦੇ ਬਾਲ ਹੁਣ ਏਡੇ ਏਡੇ ਸੋਹਣੇ ਲੱਗਦੇ ਆ ਸ਼ੇਰ ਸ਼ੇਰ ਨਹੀਂ ਜਮਾ ਨਹੀਂ ਸੋਹਣੀ ਲੱਗਦੀ ਮੋਰ ਮੋਰ ਕਿੱਡਾ ਸੋਹਣਾ ਲੱਗਦਾ ਨਾ ਆਪਦੇ ਖੰਭ ਖੰਭ ਜੇ ਖਲਾਰ ਦਾ ਪੂਰਾ ਸੋਹਣਾ ਲੱਗਦਾ ਮੋਰ ਤੇ ਮੋਰਨੀ ਜਮਾ ਨਹੀਂ ਸੋਹਣੀ ਲੱਗਦੀ। ਫੀਮੇਲ ਹੇਅਰ ਕਿਉਂ ਜਿਹਦਾ ਮੇਲ ਹੇਅਰ ਨਾਲ ਹੁੰਦਾ ਨਾ ਉਹ ਬਹੁਤ ਸੋਹਣਾ ਲੱਗਦਾ ਤੇ ਫੀਮੇਲ ਹੇਅਰ ਨਹੀਂ ਸੋਹਣੀ ਲੱਗਦੀ। ਕਾਰਨ ਪਤਾ ਕੀ ਹੈ? ਜੰਗਲ 'ਚ ਭਾਈ ਬਿਊਟੀ ਪਾਰਲਰ ਨਹੀਂ ਹੁੰਦਾ। ਜੰਗਲਾਂ 'ਚ ਕਿਹੜੇ ਬਿਊਟੀ ਪਾਰਲਰ ਹੁੰਦੇ ਆ? ਇਹਦਾ ਉੱਤਰ ਕੀ ਹੈ ਯਾਰ ਵਿੰਦੋ ਘੋਸ਼ ਨੇ ਕਿਹਾ ਸੀ ਪਿਆਰੇ ਦੋਸਤੋ। ਅਰਬਿੰਦੋ ਘੋਸ਼ ਨੇ ਕਿਹਾ ਸੀ ਸੀ ਵਿਲ ਬੀ ਦਾ ਰਾਈਟ ਆਨਸਰ ਪਿਆਰੇ ਦੋਸਤੋ। ਸੀ ਵਿਲ ਬੀ ਦਾ ਰਾਈਟ ਆਨਸਰ। ਅਗਲਾ ਕੁਐਸਚਨ ਆ ਰਿਹਾ ਸਮਾਜ ਦੀ ਸਥਾਪਨਾ ਕਿਹਦੇ ਦੁਆਰਾ ਕੀਤੀ ਗਈ ਸੀ? ਆਰਿਆ ਸਮਾਜ ਦੀ ਸਥਾਪਨਾ ਪਿਆਰੇ ਦੋਸਤੋ ਕਿਹਦੇ ਦੁਆਰਾ ਕੀਤੀ ਗਈ ਸੀ ਗੋਬਿੰਦ ਰਣਾਡੇ ਦੁਆਰਾ ਦਯਾਨੰ ਸਰਸਵਤੀ ਦੁਆਰਾ ਆਤਮਾਰਾਮ ਪਾਂਡੂਰੰਗ ਦੁਆਰਾ ਕੇਸ਼ਵਚੰਦਰ ਸੇਨ ਦੁਆਰਾ ਇਹ ਆਰਿਆ ਸਮਾਜ ਦੀ ਸਥਾਪਨਾ ਪਿਆਰੇ ਦੋਸਤੋ ਬੰਬਈ ਦੇ ਵਿੱਚ 1875 ਦੇ ਵਿੱਚ ਕੀਤੀ ਗਈ ਦਯਾਨੰ ਸਰਸਵਤੀ ਦੁਆਰਾ ਜੀ 1875 ਦੇ ਵਿੱਚ ਇਹਦੀ ਸ਼ੁਰੂਆਤ ਕੀਤੀ ਗਈ ਸੀ ਆਰਿਆ ਸਮਾਜ ਦੀ ਪਿਆਰੇ ਦੋਸਤੋ ਤੇ ਅਗਲੇ 2 ਸਾਲਾਂ ਬਾਅਦ 1877 ਦੇ ਵਿੱਚ 1877 ਦੇ ਵਿੱਚ ਇਹਦੀ ਬ੍ਰਾਂਚ ਜਿਹੜੀ ਹੈ ਲਾਹੌਰ ਦੇ ਵਿੱਚ ਖੁੱਲ ਗਈ ਸੀ ਪਿਆਰੇ ਦੋਸਤੋ ਕਹਤੇ ਦੀ ਲੋਹਾਰ ਦੇ ਵਿੱਚ ਖੁੱਲ ਗਈ ਸੀ ਉਹਦੀ ਬ੍ਰਾਂਚ ਪੰਜਾਬ ਦੇ ਵਿੱਚ ਇਹਦੀ ਬ੍ਰਾਂਚ ਜਿਹੜੀ ਆ ਚੁੱਕੀ ਸੀ ਪਿਆਰੇ ਦੋਸਤੋ ਅਗਲਾ ਕੁਐਸਚਨ ਦੇਖਦੇ ਹਾਂ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ ਆਪਸ਼ਨਾਂ ਦੇ ਹਿਸਾਬ ਨਾਲ ਤਾਂ ਇੱਕੋ ਹੀ ਆ ਜੀ ਰਾਜਾ ਗੋਪਾਲਚਾਰੀ ਰਾਜ ਗੋਪਾਲਚਾਰੀ ਚੱਕਰਵਰਤੀ ਰਾਜ ਗੋਪਾਲਚਾਰੀ ਓਨਲੀ ਇੰਡੀਅਨ ਵੀ ਇਹ ਹੀ ਆ ਜੀ ਆਪਸ਼ਨਾਂ ਦੇ ਹਿਸਾਬ ਨਾਲ ਵੇਖਾਂਗੇ ਤਾਂ ਅਗਲਾ ਕੁਐਸਚਨ ਦੇਖਦੇ ਹਾਂ ਜੀ ਭਾਰਤ ਵਿੱਚ ਪਹਿਲੀ ਵਾਰ ਪੂਰਨ ਜਨਗਣਨਾ ਕਿਹੜੇ ਸਾਲ ਦੇ ਵਿੱਚ ਹੋਈ ਪਿਆਰੇ ਦੋਸਤੋ ਭਾਰਤ ਦੇ ਵਿੱਚ ਪਹਿਲੀ ਵਾਰ ਪੂਰਨ ਜਨਗਣਨਾ ਕਿਹੜੇ ਸਾਲ ਦੇ ਵਿੱਚ ਹੋਈ 1881 ਦੇ ਵਿੱਚ 1872 ਦੇ ਵਿੱਚ 1891 ਦੇ ਵਿੱਚ ਜਾਂ 1885 ਦੇ ਵਿੱਚ ਪਿਆਰੇ ਦੋਸਤੋ ਇਸ ਸਵਾਲ ਦਾ ਜਵਾਬ ਦੇਣ ਵਾਲੇ ਵਿਦਿਆਰਥੀ ਨੂੰ ਪੂਰੇ 300 ਡਾਲਰ ਨਗਦ ਇਨਾਮ ਕਾਲਪਨਿਕ ਰੂਪ ਦੇ ਵਿੱਚ ਤੇ ਡੇਢ ਮੋਤੀਚੂਰ ਦੇ ਲੱਡੂ ਦਿੱਤੇ ਜਾਣਗੇ ਭਾਈ ਹੈ ਸੱਚੀ ਭਈਆ ਮੇਰੇ ਕੋਲ ਅੱਜ ਖਾਣੇ ਆ ਲੈ ਮੇਧੂਆ ਕਲਾਸ ਤੋਂ ਬਾਅਦ ਦੇ ਦੋ ਜਵਾਬ ਜਰਾ 1881 ਦੇ ਵਿੱਚ ਪੂਰਨ ਜਨਗਣ ਜਾਂ 1872 ਤੇ ਜਾਂ 1891 ਐ 1885 ਜਿਹਦਾ ਜਨਮ ਐਤਵਾਰ ਨੂੰ ਵੀ ਹੋਇਆ ਨਾ ਜਿਹੜਾ ਕਹਿੰਦਾ ਆਈ ਡੋਨਟ ਨੋ ਵਾਟ ਇਜ਼ ਪੜਾਈ ਆਈ ਡੋਨਟ ਨੋ ਉਹਦਾ ਜਵਾਬ ਨਾ ਤਾਂ 91 ਆ ਨਾ 95 ਆ ਉਹ 85 ਆ ਉਲਝਾ ਦੋਨਾਂ ਦੇ ਵਿੱਚ ਇੱਕ ਪਿਆ ਆ ਦੋਵਾਂ ਦੇ ਵਿੱਚੋਂ ਇੱਕ ਦੇ ਵਿੱਚ ਜੇ ਉਲਝਰੇ ਹੋ ਨਾ ਫਿਰ ਤਾਂ ਸਹੀ ਆ ਪੋਲ ਪਾਲਣ ਪੋਸ਼ਣ ਚ ਕੋਈ ਪ੍ਰੋਬਲਮ ਨਹੀਂ ਹੈ ਜੇ ਆ ਦੋਵਾਂ ਚੋਂ ਤੁਹਾਡਾ ਕੋਈ ਇੱਕ ਉੱਤਰ ਬਣ ਰਿਹਾ ਨਾ ਫਿਰ ਪੋਲੀਓ ਦੀਆਂ ਬੂੰਦਾਂ ਸਹੀ ਟਾਈਮ ਤੇ ਪੀਂਦੇ ਰਹੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਜੇ ਦੋਵਾਂ ਨੂੰ ਛੱਡ ਕੇ ਤੀਜਾ ਕੋਈ ਉੱਤਰ ਬਣ ਰਿਹਾ ਫਿਰ ਚੈੱਕ ਕਰੋ ਭਾਈ ਪੱਕਾ ਕੋਈ ਨਾ ਕੋਈ ਪਾਲਣ ਪੋਸ਼ਣ ਚ ਪ੍ਰੋਬਲਮ ਆ ਗਈ ਪਿਆਰੇ ਦੋਸਤੋ ਇਹ ਸਵਾਲ ਦਾ ਜਵਾਬ ਕੀ ਆਏਗਾ ਇਹਦਾ ਉੱਤਰ ਆਏਗਾ ਜੀ 1881 ਦੇ ਵਿੱਚ ਲਾਰਡ ਰਿਪਨ ਦੇ ਦੁਆਰਾ ਪਹਿਲੀ ਵਾਰ ਸੰਪੂਰਨ ਜਨਗਣਨਾ ਕਰਾਈ ਗਈ ਸੀ 1872 ਦੇ ਵਿੱਚ ਕੰਪਲੀਟ ਨਹੀਂ ਸੀ ਇਨਕੰਪਲੀਟ ਸੀ ਜਾਂਦਾ ਪਿਆਰੇ ਦੋਸਤੋ ਕੀ ਬੋਲੇ ਜਾਂਦਾ ਜੀ ਨੌਨ ਸਿੰਕਰੋਨਾਈਜ਼ ਬੋਲਿਆ ਜਾਂਦਾ ਜੀ ਅਗਲਾ ਕੁਐਸਚਨ ਜ਼ਰਾ ਵੇਖਦੇ ਆ ਸਿੰਧੂ ਘਾਟੀ ਦੀ ਸਭਿਅਤਾ ਦਾ ਕਿਹੜਾ ਜਿਹੜਾ ਸਥਲ ਹੈ ਜਿਹੜਾ ਭਾਈ ਸਿੰਧੂ ਘਾਟੀ ਦੇ ਸਿੰਧੂ ਸਿੰਧ ਨਦੀ ਦੇ ਕੰਡੇ ਤੇ ਨਹੀਂ ਹੈ ਜੀ ਸਿੰਧ ਨਦੀ ਦੇ ਕੰਡੇ ਤੇ ਕਿਹੜਾ ਨਹੀਂ ਹੈ ਪਿਆਰੇ ਦੋਸਤੋ ਰੋਪੜ ਨਹੀਂ ਹੈ ਜੀ ਸਾਨੂੰ ਪਤਾ ਪੰਜਾਬ ਦੇ ਵਿੱਚ ਰੋਪੜ ਨਾ ਰੋਪੜ ਦੇ ਕੋਲ ਦੀ ਕੋਈ ਸਿੰਧ ਨਦੀ ਬੱਚੋ ਨਹੀਂ ਲੰਘਦੀ ਅਗਲਾ ਕੁਐਸਚਨ ਕਹਿੰਦੇ ਸੁੱਤੀ ਹੋਈ ਸਥਿਤੀ ਦੇ ਵਿੱਚ ਸੁੱਤੀ ਹੋਈ ਸਥਿਤੀ ਦਾ ਮਤਲਬ ਆਹ ਵਾਲਾ ਹੁੰਦਾ ਜਿਹੜੀਆਂ ਆਮ ਤੌਰ ਤੇ ਮੂਰਤੀਆਂ ਹੁੰਦੀਆਂ ਇਸ ਤਰੀਕੇ ਨਾਲ ਬਣੀਆਂ ਹੁੰਦੀਆਂ ਵੀ ਆ ਖੜੀ ਹੋਈ ਬੋ ਨੀ ਹੁੰਦੀ ਆ ਤੇ ਕਹਿੰਦੇ ਸੁੱਤੀ ਹੋਈ ਸਥਿਤੀ ਦੇ ਵਿੱਚ ਭਗਵਾਨ ਬੁੱਧ ਦੀ ਸਭ ਤੋਂ ਵੱਡੀ ਮੂਰਤੀ ਬਣੀ ਹੋਈ ਆ ਜੀ ਉਹ ਕਿੱਥੇ ਬਣੀ ਆ ਸੁੱਤੀ ਹੋਈ ਸਥਿਤੀ ਦੇ ਵਿੱਚ ਮਹਾਤਮਾ ਬੁੱਧ ਜਾਂ ਭਗਵਾਨ ਬੋਧ ਦੀ ਮੂਰਤੀ ਕਿੱਥੇ ਬਣੀ ਆ ਉਹ ਬਣੀ ਆ ਬੱਚੋ ਬੋਧਗਿਆ ਦੇ ਵਿੱਚ ਬੋਧਗਿਆ ਦੇ ਵਿੱਚ ਬਣੀ ਆ ਜੀ ਪਹਿਲਾਂ ਲਾਈਕ ਵਾਲਾ ਬਟਨ ਦਬਦੋ ਜਿਨੇ ਨਹੀਂ ਦੱਬਿਆ ਬੋਧਗਿਆ ਕਿੱਥੇ ਆ ਬੱਚੋ ਬਿਹਾਰ ਦੇ ਵਿੱਚ ਹੈ ਬਿਹਾਰ ਦੇ ਵਿੱਚ ਕਿੱਥੇ ਆ ਜੀ ਇੱਕ ਗਿਆ ਡਿਸਟ੍ਰਿਕਟ ਹੈ ਉਥੇ ਬੋਧ ਦੀ ਪ੍ਰਾਪਤੀ ਹੋਈ ਬੋਧ ਬੋਲੇ ਤੋਂ ਗਿਆਨ ਦੀ ਪ੍ਰਾਪਤੀ ਹੋਈ ਇਸ ਕਰਕੇ ਉਹਨੂੰ ਬੋਧ ਗਿਆ ਬੋਲਿਆ ਗਿਆ ਆਹ ਵਾਲੀ ਮੂਰਤੀ ਆ ਜੀ ਦਰਸ਼ਨ ਕਰ ਲੋ ਤੇ ਸਕਰੀਨਸ਼ਾਟ ਮਾਰ ਲੋ ਇਹ ਲੇਟੀ ਹੋਈ ਮੂਰਤੀ ਆ ਜੀ ਬਹੁਤ ਵੱਡੀ ਮਹਾਤਮਾ ਬੋਧੀ ਠੀਕ ਹੈ ਬੱਚੋ ਅਗਲਾ ਕੁਐਸਚਨ ਜਰਾ ਆਪਾਂ ਮਾਰ ਦਿਆਂ ਨਜ਼ਰ ਕਹਿੰਦੇ ਜੀ ਗਾਂਧੀ ਜੀ ਨੇ ਕਿਆ ਸੀ ਕਰੋ ਜਾਂ ਮਰੋ ਇਹ ਨਾਰਾ ਕਿੱਥੇ ਦਿੱਤਾ ਸੀ ਗਾਂਧੀ ਜੀ ਨੇ ਕਰੋ ਜਾਂ ਮਰੋ ਦਾ ਨਾਰਾ ਡੂ অর ਡਾਈ ਦਾ ਨਾਰਾ ਪਿਆਰੇ ਦੋਸਤੋ ਗਾਂਧੀ ਜੀ ਦਵਾਰਾ ਕਿੱਥੇ ਦਿੱਤਾ ਗਿਆ ਦਿੱਤਾ ਗਿਆ ਜੀ ਗਵਾਲੀ ਟੈਂਕ ਮੈਦਾਨ ਦੇ ਵਿੱਚ ਗਵਾਲੀਅਰ ਟੈਂਕ ਮੈਦਾਨ ਦੇ ਵਿੱਚ ਨਾਰਾ ਦਿੱਤਾ ਗਿਆ ਗਵਾਲੀਅਰ ਟੈਂਕ ਮੈਦਾਨ ਜਿਹਨੂੰ ਅੱਜ ਕੱਲ੍ਹ ਅਗਸਤ ਕ੍ਰਾਂਤੀ ਮੈਦਾਨ ਕਹਿੰਦੇ ਆ ਕਿਉਂਕਿ ਇੱਥੋਂ 1942 ਦੇ ਵਿੱਚ ਕੁਇਟ ਇੰਡੀਆ ਮੂਵਮੈਂਟ ਦੀ ਸ਼ੁਰੂਆਤ ਹੋਈ ਸੀ ਪਿਆਰੇ ਦੋਸਤੋ ਕੁਇਟ ਇੰਡੀਆ ਮੂਵਮੈਂਟ ਦੀ ਸ਼ੁਰੂਆਤ ਇਸੇ ਗਵਾਲੀਅਰ ਟੈਂਕ ਮੈਦਾਨ ਦੇ ਵਿੱਚ ਹੋਈ ਸੀ ਅਗਲਾ ਕੁਐਸਚਨ ਦੇਖਦੇ ਆ ਕਹਿੰਦੇ ਦੀਗਾ ਨਿਕਾਇਆ ਧੀਗਾ ਨਿਕਾਇਆ ਜਿਹੜਾ ਹੈ ਇਹ ਪਰਵਚਨਾ ਦਾ ਸੰਗ੍ਰਹਿ ਹੈ ਇਹ ਕਿਹਦੇ ਪਰਵਚਨਾ ਦਾ ਸੰਗ੍ਰਹਿ ਹੈ ਪਿਆਰੇ ਬੱਚੋ ਇਹ ਕਹਿੰਦੇ ਬੁੱਧਿਸਟ ਲੋਕਾਂ ਦੇ ਇਹ ਬੁੱਧਿਸਟ ਧਾਰਮਿਕ ਗ੍ਰੰਥਾਂ ਦੇ ਵਿੱਚ ਇਹ ਪਰਵਚਨਾ ਦਾ ਸੰਗ੍ਰਹਿ ਹੈ ਬੱਚੋ ਧੀਗਾ ਨਿਕਾਇਆ ਅਗਲਾ ਕੁਐਸਚਨ ਦੇਖੋ ਕਹਿੰਦੇ ਰਾਸ਼ਟਰੀ ਯੁਵਕ ਮੇਲਾ ਹੇਠਾਂ ਲਿਖੇ ਵਿੱਚੋਂ ਕਿ ਸਖਸ਼ੀਅਤ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਜੀ ਨੈਸ਼ਨਲ ਯੂਥ ਫੈਸਟੀਵਲ ਨੈਸ਼ਨਲ ਯੂਥ ਫੈਸਟੀਵਲ ਮਨਾਇਆ ਜਾਂਦਾ ਪਿਆਰੇ ਦੋਸਤੋ ਪਹਿਲਾ ਤਾਂ ਇਹ ਦੇਖੋ ਜੀ ਯੋ ਨੈਸ਼ਨਲ ਯੂਥ ਡੇ ਮਨਾਇਆ ਕਦੋਂ ਜਾਂਦਾ ਸਰ 12 ਜਨਵਰੀ ਨੂੰ ਮਨਾਇਆ ਜਾਂਦਾ ਕਿਹਦੇ ਯਾਦ ਦੇ ਵਿੱਚ ਸਵਾਮੀ ਵਿਵੇਕਾਨੰਦ ਜੀ ਦੀ ਯਾਦ ਦੇ ਵਿੱਚ ਜੀ ਸਵਾਮੀ ਵਿਵੇਕਾਨੰਦ ਜਿਹਨਾਂ ਨੂੰ ਤੂਫਾਨੀ Hindu Hindu Napoleon ਬੋਲਿਆ ਜਾਂਦਾ ਉਹਨਾਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਤੇ ਉਹੀ ਭਾਈ ਆਪਣੇ ਕੋਲ ਉੱਤਰ ਆ ਗਿਆ ਅਗਲਾ ਕੁਐਸਚਨ ਕਹਿੰਦੇ ਕਿਸ ਸਾਹਿਬ ਦਾ ਰਾਸ਼ਟਰਪਤੀ ਨੂੰ ਲਗਾਤਾਰ ਦੋ ਵਾਰੀ ਸੇਵਾ ਕਰਨ ਦਾ ਵਿਲੱਖਣ ਮਾਣ ਹਾਸਲ ਹੈ ਜੀ ਲਗਾਤਾਰ ਦੋ ਵਾਰ ਕਿਹੜਾ ਰਾਸ਼ਟਰਪਤੀ ਬਣਿਆ ਡਾਕਟਰ ਰਜਿੰਦਰ ਪ੍ਰਸਾਦ ਬਣਿਆ ਜੀ ਕੌਣ ਬਣਿਆ ਬੱਚੋ ਡਾਕਟਰ ਰਾਜੇਂਦਰ ਪ੍ਰਸਾਦ ਬਣਿਆ ਆਜ਼ਾਦ ਭਾਰਤ ਦਾ ਪਹਿਲਾ ਸਿੱਖਿਆ ਮੰਤਰੀ ਕੌਣ ਸੀ ਪਿਆਰੇ ਦੋਸਤੋ ਆਜ਼ਾਦ ਭਾਰਤ ਦਾ ਪਹਿਲਾ ਸਿੱਖਿਆ ਮੰਤਰੀ ਸੀ ਸਾਡੇ ਕੋਲੇ ਮੌਲਾਨਾ ਅਬੁਲ ਕਲਾਮ ਆਜ਼ਾਦ ਮੌਲਾਨਾ ਅਬਦੁਲ ਕਲਾਮ ਆਜ਼ਾਦ that will be the right answer ਹੁਣ ਤੁਹਾਡੇ ਵਾਸਤੇ ਅੱਜ ਮੇਰਾ ਇੱਕ ਹੋਮਵਰਕ ਆ ਜੀ ਜਿਹੜਾ ਜਿਹੜਾ ਬੱਚਾ ਕਹਿੰਦਾ ਮੈਂ ਤਾਂ ਤੀਸਮਾਰ ਖਾਂ ਜੀ मैं तो फटे चक देना मैं नेरी ठा दाना जी मैं तो यह पढ़ लेना मैं तो रात दिन कर देना जी मौलाना अबुल कलाम आजाद पहला सिक्ख्या ना याद करके आना इट् <laughs> चूरन सिंह फोमी यू नो हाँ यूनो सर इट्स अमल सिंह फोमी मौलाना अब्दुल कलाम आजाद याद हो गया हो गया याद यदा पूरा नाम देख लो माड़ा जहाजा पूरा नाम देख लो जी ਅਬਦੁਲ ਕਲਾਮ ਗੁਲਾਮ ਮਹਿਨੂਦੀਨ ਅਹਿਮਦ ਬਿਨ ਖੈਰੂਦੀਨ ਅਲ ਹਸਨ ਆਜ਼ਾਦ ਯਾਦ ਕਰਕੇ ਆਇਓ ਕੱਲ ਸਾਰੇ ਜਣੇ ਹੈ ਕੱਲੇ ਕੱਲ ਨੂੰ ਖੜਾ ਕਰਕੇ ਪੁੱਛੂਗਾ ਵੀ ਹਾਂ ਭਾਈ ਬੋਲ ਇਹਦਾ ਉੱਤਰ ਕੀ ਆਊਗਾ ਇਹਦਾ ਨਾਮ ਪੂਰਾ ਯਾਦ ਕਰਕੇ ਆਣਾ ਲੋ ਸਕਰੀਨ ਸ਼ਾਟ ਲੈ ਲੋ ਅਬਦੁਲ ਕਲਾਮ ਗੁਲਾਮ ਮਹਿਨੂਦੀਨ ਅਹਿਮਦ ਬਿਨ ਖੈਰੂਦੀਨ ਅਲ ਹੁਸੈਨੀ ਆਜ਼ਾਦ ਆ ਨਾਮ ਆ ਭਾਈ ਇਹਦਾ ਸਾਰੇ ਟੱਬਰ ਦਾ ਨਾਮ ਅਗਲਾ ਨਾਲ ਲਈ ਫਿਰਦਾ ਸੀ ਐਵੇਂ ਥੋੜੇ ਸਿੱਖਿਆ ਮੰਤਰੀ ਬਣਾਏ ਕਮਲਿਓ ਇਹਦਾ ਕੱਲੇ ਦਾ ਨਾਮ ਆ ਹਲੇ ਕਦੀ ਚੀਂ ਰਹਿੰਦੀ ਹੋਊਗੀ ਦੇਰ ਮੈਂ ਗੂਗਲ ਵਾਲਿਆਂ ਦੱਸੀ ਨਹੀਂ ਠੀਕ ਹੈ ਜੀ ਇਹ ਆਪਣੀ ਸੀ ਬੱਚੋ ਕਲਾਸ ਤੇ ਕੱਲ ਫੇਰ ਸ਼ਾਮ ਨੂੰ 5 ਵਜੇ ਮਿਲਾਂਗੇ ਜੀ ਆਪਾਂ ਇਸੇ ਕਲਾਸ ਦੇ ਵਿੱਚ ਇਸੇ ਤਰੀਕੇ ਨਾਲ ਇਸੇ એનર્ਜੀ ਦੇ ਨਾਲ ਬਾਕੀ ਜੇ ਕੋਈ ਚਾਹੁੰਦਾ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰਨੀ ਆਉਣ ਵਾਲੇ 1 ਸਾਲ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਪੇਪਰ ਹੋਣੇ ਆ ਉਹਨਾਂ ਸਾਰੇ ਪੇਪਰਾਂ ਦੇ ਲਈ ਆਪਣੇ ਆਪ ਨੂੰ ਕੋਈ ਫਿੱਟ ਫਾਟ ਕਰਨਾ ਚਾਹੁੰਦਾ ਭਾਵੇਂ ਉਹ ਪੰਜਾਬ ਪੁਲਿਸ ਦੇ ਪੇਪਰ ਹੋਣ ਚੰਡੀਗੜ੍ਹ ਪੁਲਿਸ ਦੇ ਵਿੱਚ ਐਗਜ਼ਾਮ ਹੋਵੇ ਭਾਵੇਂ ਉਹ ਐਗਜ਼ਾਮ ਹੋਵੇ ਬੱਚਾ ਪਟਵਾਰੀ ਦਾ ਭਾਵੇਂ ਵੀਡੀਓ ਦਾ ਭਾਵੇਂ ਜੇਲ੍ਹ ਬਾਰਡਰ ਦਾ ਤੇ ਭਾਵੇਂ ਪੰਜਾਬ ਦਾ ਕੋਈ ਵੀ ਪੇਪਰ ਹੋਵੇ ਆਪਣੇ ਆਪ ਨੂੰ ਜੇ ਤਿਆਰੀ ਕਰਾਉਣਾ ਚਾਹੁੰਦੇ ਹੋ ਆਪਣੇ ਆਪ ਨੂੰ ਘੈਂ ਤਾ ਪੰਜਾਬ ਦੇ ਮਹਾ ਪੈਕ ਦੇ ਵਿੱਚ ਤੁਸੀਂ ਐਂਟਰੀ ਲੈ ਸਕਦੇ ਹੋ ਜਿਦੇ ਵਿੱਚ ਪੰਜਾਬ ਦੇ ਹਰੇਕ ਪੇਪਰ ਦੀ ਤਿਆਰੀ ਆਉਣ ਵਾਲੇ ਇੱਕ ਸਾਲ ਦੇ ਲਈ ਤੁਹਾਡੀ ਕਰਵਾਈ ਜਾਏਗੀ ਬੱਚੋ ਕਰਨਾ ਕੀ ਹੈ ਜੀ ਆਡਾ 217 ਦੀ ਐਪ ਦੇ ਵਿੱਚ ਜਾ ਕੇ ਉਹ ਤੇ ਸਟੇਟ ਐਗਜ਼ਾਮ ਪੰਜਾਬ ਚੁਣ ਲਿਓ ਤੇ ਥੱਲੇ ਲਿਖਿਆ ਹੋਏਗਾ ਸਟੋਰ ਸਟੋਰ ਤੇ ਕਲਿੱਕ ਕਰ ਦਿਓ ਤੇ ਆ ਗਲਾਬੀ ਜੇ ਜਾਮਨੀ ਜੇ ਰੰਗ ਦੀ ਫੋਟੋ ਸਾਰੀ ਟੀਚਰਾਂ ਦੀ ਲੱਗੀ ਹੋਈ ਆ ਬੱਚਾ ਇਹ ਪੰਜਾਬ ਦਾ ਮਹਾ ਪੈਕ ਆ ਜੀ ਇਹ ਤੇ ਕਲਿੱਕ ਕਰ ਲਿਓ ਇਹ 3499 ਦਾ ਜਾਂ 13799 ਕਿੰਨੇ ਦਾ ਵੀ ਦਿਖਾਈ ਦੇ ਰਹੇ ਨੂੰ ਸਿੱਧਾ ਨਾ ਲੈ ਲਿਓ ਨੀਚੇ ਲਿਖਿਆ ਹੋਊਗਾ ਵਿਊ ਆਫਰ ਵਿਊ ਆਫਰ ਸੀ ਆਫਰ ਜਾਂ ਮੋਰ ਆਫਰਸ ਦੇ ਤੇ ਕਲ खाली ਡੱਬੀ ਦੇ ਵਿੱਚ 쿠ਪਨ ਕੋਡ ਕਿਹੜਾ ਇੰਟਰ ਕਰਨਾ ਪਿਆਰੇ ਦੋਸਤੋ Y679 Y679 쿠ਪਨ ਕੋਡ ਇੰਟਰ ਕਰ ਦਿਓ ਤੇ ਪੰਜਾਬ ਦਾ ਮਹਾਪੈਕ ਰਹਿ ਜਾਏਗਾ 3219 ਰੁਪਈਆ ਦਾ ਜੇ ਕੋਈ ਚਾਹੁੰਦਾ ਆਉਣ ਵਾਲੇ 1 ਸਾਲ ਵਾਸਤੇ ਪੰਜਾਬ ਦਾ ਮਹਾਪੈਕ ਜੁਆਇਨ ਕਰਨਾ ਤਾਂ ਪਿਆਰੇ ਬੱਚਾ ਜੀ ਕੋਡ ਯਾਦ ਰੱਖਿਓ Y679 Y679 쿠ਪਨ ਕੋਡ ਮੀ ਨੇਰੀ ਤੂਫਾਨ ਝੱਕੜ ਕੁਛ ਮਰਜ਼ੀ ਆ ਜਾਏ ਤੁਹਾਡੇ ਭਰਾ ਦਾ ਤੁਹਾਡੇ ਨਾਲ ਸਾਥ ਇਸੇ ਤਰੀਕੇ ਨਾਲ ਬਣਿਆ ਰਹੂਗਾ ਪੰਜਾਬ ਮਹਾਪੈਕ ਨੂੰ ਜੁਆਇਨ ਕਰ ਸਕਦੇ ਹੋ ਸਰ ਯੂਜ਼ ਨਹੀਂ ਪਤਾ ਲੱਗਦਾ ਕਿੱਦਾਂ ਕਰਨਾ ਸੰਦੀਪ ਜੀ ਕਰਾ YouTube ਤੇ ਵੀਡੀਓ ਆ ਹਾਊ ਟੂ ਯੂਜ਼ ਪੰਜਾਬ ਮਹਾਪੈਕ ਉਹ ਜਾ ਕੇ ਵੇਖ ਲਿਓ ਜੀ ਇਹਦੇ ਵਿੱਚ ਆਉਣ ਵਾਲੇ 1 ਸਾਲ ਦੇ ਪੇਪਰਾਂ ਦੀ ਸਾਰੇ ਪੇਪਰਾਂ ਦੀ ਤਿਆਰੀ ਕਰਵਾਈ ਜਾਊਗੀ ਜਿੰਨੇ ਵੀ ਹੁਣ ਤੱਕ ਬੈਚ ਹੋਏ ਉਹ ਸਾਰੇ ਰਿਕਾਰਡਡ ਪਏ ਆ ਜਿਹੜੇ ਅੱਗੇ ਆਉਣੇ ਉਹ ਸਾਰੇ ਲਾਈਵ ਮਿਲਿਆ ਕਰਨਗੇ ਸਾਰੀਆਂ ਟੈਸਟ ਸੀਰੀਜ਼ਾਂ ਇਹਦੇ ਵਿੱਚ ਪਈਆਂ ਈ-ਬੁੱਕਸ ਬਹੁਤ ਸਾਰੀਆਂ ਪਈਆਂ ਸਾਰਾ ਕੁਝ ਇਹਦੇ ਵਿੱਚ ਪਿਆ ਪਿਆਰੇ ਦੋਸਤੋ ਬਸ ਕੂਪਨ ਕੋਡ ਯਾਦ ਰੱਖਿਓ Y679 Y679 ਪਿਆਰੇ ਦੋਸਤੋ ਬਾਕੀ ਅੱਜ ਦੀ ਕਲਾਸ ਦੇ ਵਿੱਚ ਇਨਾ ਹੀ ਆ ਜਿਨ੍ਹਾਂ ਨੇ ਲਾਈਕ ਨਹੀਂ ਕੀਤੀ ਸੀ ਕਲਾਸ ਲਾਈਕ ਕਰਦੇ ਕੱਲ ਫੇਰ ਸ਼ਾਮ ਨੂੰ 5 ਵਜੇ ਇਸੇ ਤਰੀਕੇ ਨਾਲ ਮਿਲਾਂਗੇ ਪਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਜਿੰਦਗੀ ਦੇ ਵਿੱਚ ਸਫਲ ਹੋਵੋ ਜਿਹੜੇ ਤੁਹਾਡੇ ਸੁਪਨੇ ਆ ਤੁਸੀਂ ਪੂਰੇ ਕਰੋ ਦਿਨ ਦੁੱਗਣੀ ਰਾਤ ਹਜ਼ਾਰ ਗੁਣੀ ਤਰੱਕੀ ਕਰੋ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਸਬਰ ਤੇ ਸੰਤੋਖ ਦੇਵੇ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਇਹ ਨਹੀਂ ਆ ਜੀ ਇਸ ਤਰੀਕੇ ਨਾਲ ਕੱਲ ਫੇਰ ਮਿਲਦੇ ਆ ਆਪਣਾ ਤੇ ਆਪਣੇ ਦਾ ਖਿਆਲ ਰੱਖਿਓ ਸਤਿ ਸ਼੍ਰੀ ਅਕਾਲ ਸਭ ਨੂੰ ਬਾਬਾਈ ਟੇਕ ਕੇਅਰ